ਜਾਤਾਂ ਦੇ ਆਇਆ ਨਾ ਸਾਡੇ ਜਿਹੜੀ ਅਸੀਂ ਪੀੜ੍ਹੀਆਂ ਸਾਡੀਆਂ ਜਾਤਾਂ ਜਿਹੜੀਆਂ ਰਹਿਣੀਆਂ ਨੇ ਇਹ ਨਹੀਂ ਮੁੱਕ ਸਕਦੀਆਂ ਅਗਲੇ ਪੋਚ ਜਿਹੜੇ ਹੋਣਗੇ ਉਹਨਾਂ ਨੂੰ ਮੁੱਕੇਗੀ ਗੱਲ ਭਾਵੇਂ ਹੁਣ ਉਸ ਨਾਲ ਅਸੀਂ ਚੰਗੇ ਹੋ ਗਏ ਹਾਂ ਅੰਦਰਾਂ ਵਾਧੂ ਹੋ ਗਈਆਂ ਠੀਕ ਹੈ ਸਭ ਕੁਝ ਹੈ ਲੇਕਿਨ ਜਿਹੜੀ ਉਹ ਧਰਤੀ ਆ ਉਹ ਸਾਨੂੰ ਅਜੇ ਉਹ ਯਾਰ ਲੋਕਾਂ ਨੇ ਮਿਲੇ ਹੋਣੇ ਜੀ ਵਿੱਚੇ ਮੁਸਲਮਾਨ ਵਿੱਚੇ ਦੂਜੇ ਸਾਰੇ ਰਲ ਮਿਲ ਕੇ ਜੀ ਕਦੇ ਪਿੰਡੀ ਮੇਲਾ ਇੱਕ ਲੱਗਦਾ ਹੁੰਦਾ ਲੜਕੀਆਂ ਹੁੰਦੀਆਂ ਹਨ ਵਿੱਚ ਮੇਲਿਆਂ ਦੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿ ਨਾ ਜੀ ਨਾ ਕਿ ਮਰਨਾ ਹਾਂਜੀ ਲਓ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁੱਧਾ ਬਰਕਤ ਬੁੱਧਾ ਬਰਕਤ ਹਾਂਜੀ ਬੁੱਧਾ ਬਰਕਤ ਪਿੰਡ ਜਿਹੜਾ ਆ ਜੀ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਦਸੂਹਾ ਤਹਿਸੀਲ 'ਚ ਹਾਂਜੀ ਦਸੂਹੇ ਤੋਂ ਲਹਿੰਦੇ ਪਾਸੇ ਮਿਆਣੀ ਰੋਡ 'ਤੇ ਦੋ ਫਰਲਾਂਗ ਤੱਕ ਤਿੰਨ ਫਰ ਮਿਆਣੀ ਰੋਡ ਤੋਂ ਫਿਰ ਉੱਤਰ ਵੱਲੋਂ ਕੋਈ ਕਿਲੋ ਦੋ ਕਿਲੋਮੀਟਰ ਹੀ ਆ ਹਾਂਜੀ ਅਤੇ ਕਦੀ ਇਹ ਪਿੰਡ ਪਿੰਡ ਕੀ ਪੂਰਾ ਇਲਾਕਾ ਮੁਸਲਮਾਨਾਂ ਦਾ ਇਲਾਕਾ ਸੀ ਸਾਰਾ ਸਾਰਾ ਸ਼ਾਇਦ ਇੱਥੇ ਅਵਾਣ ਟੋਟਲੀ ਮੁਸਲਮਾਨ ਸਨ ਮੁਸਲਮਾਨ ਰਹਿੰਦੇ ਸੀਗੇ ਅਤੇ 47 ਦੇ ਵਿੱਚ ਜਿਹੜੀ ਪੱਟ ਔਲਾਦ ਹੋਈ ਹਾਂਜੀ ਆਬਾਦੀਆਂ ਬਦਲੀਆਂ ਸਿੱਖ ਅਤੇ ਹਿੰਦੂ ਇੱਧਰ ਆਏ ਹਾਂਜੀ ਉਹਦੇ ਵਿੱਚ ਜਿਹੜਾ ਇਹ ਪਿੰਡ ਮਿਲਿਆ ਹਾਂਜੀ ਇਹ ਪਿੰਡ ਮਿਲਿਆ ਸਿਆਲਕੋਟੀਆਂ ਨੂੰ ਹਾਂਜੀ ਸਿਆਲਕੋਟੀਆਂ ਸਿਆਲਕੋਟੀਆਂ ਨੂੰ ਮਿਲਿਆ ਸਿਆਲਕੋਟੀਆਂ ਨੂੰ ਤਹਿਸੀਲ ਪਸਰੂਰ ਜੀ ਹਾਂਜੀ ਪਸਰੂਰ ਪਸਰੂਰ ਤਹਿਸੀਲ ਦੇ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਚੋਂ ਪਿੰਡ ਫਤਿਹਪੁਰ ਅਤੇ ਬਾਬਾ ਜੀ ਪਿੰਡ ਫਤਿਹਪੁਰ ਦੀ ਆ ਸਾਰੇ ਇਸ ਪਿੰਡ 'ਚ ਨਹੀਂ ਜੀ ਇੱਥੇ ਫਤਿਹਪੁਰ ਦੇ ਨਹੀਂ ਇੱਕ ਹੋਰ ਵੀ ਹੈਗੇ ਆ ਪਹਿਲਾਂ ਇਹੀ ਆਪਾਂ ਗੱਲ ਕਰ ਲਈਏ ਵੀ ਇਸ ਪਿੰਡ ਦੇ ਵਿੱਚ ਇੱਕ ਤਾਂ ਫਤਿਹਪੁਰ ਦੇ ਹੋ ਗਏ ਤੁਸੀਂ ਹਾਂਜੀ ਬਾਜਵੇ ਹਾਂਜੀ ਹੋਰ ਕੌਣ ਆ ਜੀ ਇੱਕ ਮੱਲੀ ਨੇ ਜੀ ਮੱਲੀ ਉਹ ਵੀ ਪਰੇ ਸਾਡੇ ਲਾਗੇ ਪਿੰਡ ਸੀ ਨਾਂ ਤਾਂ ਮੈਂ ਭੁੱਲ ਗਿਆ ਜੀ ਉਹ ਵੀ ਇੱਥੋਂ ਲਾਗੇ ਦੇ ਹਨ ਅੱਛਾ ਮੱਲੀ ਆ ਹੋਰ ਜੀ ਹੋਰ ਇੱਕ ਹੋਰ ਆਏ ਆ ਚੀਮੇ ਵੀ ਹੈਗੇ ਚੀਮੇ ਹੈਗੇ ਜੀ ਉਹ ਲਾਲਪੁਰ ਦੇ ਆ ਉਹਨਾਂ ਨੂੰ ਪਰਾਂ ਪਿੰਡ ਨਾਲ ਹੀ ਪਿੰਡ ਹੈ ਉੱਥੇ ਕਈਆਂ ਉਹ ਕਈਆਂ ਦੇ ਆ ਕੋਟਲੀ ਦੇ ਕਈਆਂ ਦੇ ਅੱਛਾ ਬਾਲੇ ਦੇ ਚਲੋ ਤੁਹਾਡਾ ਕੀ ਸ਼ੁਭ ਨਾਮ ਜੀ ਤਾਰਾ ਸਿੰਘ ਬਾਜਵਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ ਹੋ ਗਈ 90 ਸਾਲ ਤਕਰੀਬਨ 90 ਸਾਲ ਉਮਰ ਹੈ ਜੀ ਇਹਨਾਂ ਦੀ ਜਾਣੀ ਕਿ ਵੰਡ ਵੇਲੇ ਤੁਸੀਂ 20 ਸਾਲ ਦੇ ਉਦੋਂ ਮੈਂ 10ਵੀਂ ਦਾ ਇਮਤਿਹਾਨ ਦਿੱਤਾ ਸੀਗਾ ਜੀ ਰਿਜ਼ਲਟ ਨਹੀਂ ਹੋਇਆ ਅੱਛਾ ਰਿਜ਼ਲਟ ਨਹੀਂ ਆਣਾ ਆਏ ਤੁਸੀਂ 10ਵੀਂ ਦਾ ਇਮਤਿਹਾਨ ਦਿੱਤਾ ਨਤੀਜੇ ਕੋਈ ਹੋਰ ਹੀ ਆ ਗਏ ਨਹੀਂ ਜੀ ਉਹ ਘਰ ਬਰਬਾਦ ਹੋ ਗਏ ਘਰ ਛੱਡਣੇ ਪੈ ਗਏ ਰਿਜ਼ਲਟ ਨਹੀਂ ਆਣਾ ਲਿਆ ਹੈ ਚਲੋ ਜੀ ਕਈ ਵਾਰੀ ਬੰਦਾ ਇਮਤਿਹਾਨ ਕੋਈ ਹੋਰ ਪਾਉਂਦਾ ਨਤੀਜੇ ਕੋਈ ਹੋਰ ਰੰਗ ਦੇ ਆ ਜਾਂਦੇ ਇਹ ਗੱਲਾਂ ਆਪਾਂ ਸਾਰੀਆਂ ਕਰਾਂਗੇ ਜੀ ਹਾਂਜੀ ਤੁਹਾਡਾ ਪਿੰਡ ਪਸਰੂਰ ਤੋਂ ਕਿਹੜੇ ਪਾਸੇ ਸੀਗਾ ਜੀ ਸਾਡੇ ਲਹਿੰਦੇ ਪਾਸੇ ਜੀ ਲਹਿੰਦੇ ਪਾਸੇ ਸਿਆਲਕੋਟ ਦੀ ਤਰਫ ਕਿੰਨੇ ਕਿਲੋਮੀਟਰ ਦੂਰ ਸੀ ਉਹ ਉੱਥੇ ਕੋਈ 6-7 ਕਿਲੋਮੀਟਰ ਹੋਣਾ 6-7 ਕਿਲੋਮੀਟਰ ਹਾਂਜੀ 8 ਅਤੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ ਜੀ ਸੋਧਰੇ ਕੇ ਜਿਹੜਾ ਤੁਹਾਨੂੰ ਮਿਲਿਆ ਉਹ ਰਾਹ 'ਚ ਜੀ ਜੀ ਸੋਧਰ ਕੇ ਇੱਕ ਮੁੰਡੇ ਗਏ ਮੁੰਡੇ ਕੇ ਚਵਿੰਡਾ ਬਾਜਵਿਆਂ ਦਾ ਬਹੁਤ ਵੱਡਾ ਪਿੰਡ ਇੱਕ ਅੱਲੜ ਹਾਂਜੀ ਇੱਕ ਅੱਲੜ ਕੱਲਰ ਅੱਲੜ ਪਿੰਡ ਸਟੇਸ਼ਨ ਸੀਗਾ ਅੱਲੜ ਠੀਕ ਹੈ ਜੀ ਫਿਰ ਹੋਰ ਸਨ ਸੋਧਰੇ ਕੇ ਮੁੰਡੇ ਕੇ ਪੀਲੋ ਕੇ ਲਾਲੇ ਵਾਲੇ ਇਕੱਠੇ ਪਿੰਡ ਸੀ ਜੀ ਅੱਛਾ ਉਹ ਪਿੰਡ ਤੁਹਾਡੇ ਨੇੜੇ ਸੀਗੇ ਹਾਂਜੀ ਪਿੰਡ ਸੀਗੇ ਵੀ ਬਹੁਤੇ ਬਾਜਵਿਆਂ ਦੇ ਹਨਾ ਬਾਜਵਿਆਂ ਦੇ ਜਾਂ ਚੀਮੇ ਹੋਣਗੇ ਚੀਮੇ ਵੀ ਦੋ ਸਿਰ ਬਾਜਵੇ ਜ਼ਿਆਦਾ ਹਨ ਸਾਡੇ ਇਲਾਕੇ ਤੁਹਾਡੇ ਇਲਾਕੇ 'ਚ ਬਾਜਵੇ ਸਨ ਬਹੁਤ ਜ਼ਿਆਦਾ ਹਨ ਬਾਜਵਾ ਸੋਧਰੇ ਕੇ ਮੁੰਡੇ ਕੇ ਜੀ 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 ਇਕੱਠਾ ਹੀ ਝੁੰਡ ਬਾਜਵੇ ਸਰ ਸਾਰੇ ਬਾਬਾ ਜੀ ਦੱਸਿਓ ਤੁਹਾਡੇ ਆਪਣੇ ਪਿੰਡ 'ਚ ਹਾਂਜੀ ਜਿਹਦਾ ਨਾਂ ਸੀ ਫਤਿਹਪੁਰ ਜੀ ਹਾਂਜੀ ਉਹਦੇ ਬਾਰੇ ਦੱਸੋ ਜੀ ਵੀ ਕਿਹੜੇ ਕਿਹੜੇ ਲੋਕ ਵੱਸਦੇ ਸੀ ਉੱਥੇ ਸਾਡੇ ਪਿੰਡ ਪਹਿਲਾਂ ਤਾਂ ਇੱਕੋ ਪਿੰਡ 'ਚ ਵੱਸਦੇ ਹਨ ਸਾਡੇ ਵੱਡੇ ਦੱਸਦੇ ਆ ਫਿਰ ਮੁਸਲਮਾਨ ਤਾਂ ਅਸੀਂ ਇਹ ਫਿਰ ਸਾਡੇ ਤਿੰਨ ਭਰਾ ਜਿਹੜੇ ਹਨ ਸਾਡੇ ਬਾਜਵਿਆਂ ਦੇ ਉਹ ਸਾਡੇ ਫਤਿਹਪੁਰ ਨਾਲ ਹੀ ਆ ਗਿਆ ਪੁਰਾਣੇ ਫਤਿਹਪੁਰੋਂ ਉੱਥੇ ਵੱਸਣ ਡੇ ਪਏ ਅਤੇ ਉੱਥੇ ਤਰਖਾਣ ਸਨ ਅਤੇ ਦੋ ਘਰ ਮੁਸਲਮਾਨਾਂ ਦੇ ਸੀ ਦੂਜੇ ਮੁਸਲਮਾਨਾਂ ਪਿੰਡ ਵੱਖਰਾ ਹੋ ਗਿਆ ਜਿਹੜੇ ਬਾਜਵੇ ਸੀ ਤੁਹਾਡੇ ਵਿੱਚੋਂ ਜਿਹੜੇ ਉਹ ਮੁਸਲਮਾਨ ਵੀ ਬਾਜਵੇ ਸੀਗੇ ਬਾਜਵੇ ਹਾਂਜੀ ਅਤੇ ਜਿਹੜੇ ਤੁਹਾਡੇ ਤੁਸੀਂ ਕਲੇਅਰ ਹੈਗਾ ਸੀ ਇੱਕ ਪਿੰਡ ਕਲੇਅਰਾਂ ਦਾ ਘਰ ਕਲੇਅਰਾਂ ਦਾ ਸੀ 15 ਘਰ ਸਾਡੇ ਇੱਧਰ ਹੋ ਗਏ
ਤੇ ਦੂਜੇ ਮੁਸਲਮਾਨ ਜਿਹੜੇ ਉਹ ਇੱਧਰ ਹੋ ਗਏ, ਇੱਕੋ ਪੈਲੀ ਦਾ ਫਸ ਗਏ, ਉਹ ਵੀ ਸਾਡੀ ਪੈਲੀ ਸੀ ਲਾਗੇ। ਅੱਛਾ, ਤੁਹਾਡੀ ਵਿਚਕਾਰ? ਹਾਂ, ਇੱਕ ਪੈਲੀ ਛੱਡ ਕੇ ਤੇ ਉਹ ਪਿੰਡ ਸੀ। ਤੁਹਾਡੇ ਕੀ ਨਾਂ ਸੀਗਾ ਜੀ? ਤੁਹਾਡੇ ਪਿਤਾ ਜੀ ਦਾ? ਮਿਲਖਾ ਸਿੰਘ। ਮਿਲਖਾ ਸਿੰਘ, ਤੇ ਉਹਨਾਂ ਦੇ ਕੋਈ ਭਰਾ ਕਿੰਨੇ ਸੀਗੇ? ਪੰਜ ਪਰ ਉਹਨਾਂ ਦੇ ਭਰਾ ਦੋ ਹਨ, ਇੱਕ ਸੀ, ਦੋ ਭਰਾ ਹਨ। ਕੀ ਨਾਮ ਸੀ ਉਹਨਾਂ ਦੇ? ਅਮਰ ਸਿੰਘ। ਅਮਰ ਸਿੰਘ, ਮਿਲਖਾ ਸਿੰਘ। ਹਾਂਜੀ। ਤੇ ਬਾਬਾ ਜੀ ਦਾ ਕੀ ਨਾਂ ਸੀ? ਉਹਦਾ ਨਾਂ ਗੁਲਾਬਾ ਸੀ, ਗੁਲਾਬੇ ਗੁਲਾਬਾ ਕਹਿੰਦੇ। ਗੁਲਾਬਾ ਕਹਿੰਦੇ ਸੀ। ਪੰਜ ਪਰ ਇਹ ਪੰਜ ਦਾਦੇ ਹੀ ਸਾਡੇ, ਪੰਜ ਭਰਾ ਹਨ ਤੁਹਾਡੇ? ਤੁਸੀਂ ਜਿਹੜੇ ਸਾਡੇ ਦਾਦੇ ਸੀ। ਅੱਛਾ, ਪੰਜ ਭਰਾ ਸੀਗੇ। ਹਾਂ, ਅੱਗੋਂ ਉਹਨਾਂ ਨੇ ਲਾਦਾ। ਠੀਕ ਹੈ, ਉਹ ਸਾਰੇ ਇਸੀ ਪਿੰਡ 'ਚ ਆ ਗਏ? ਸਾਰੇ ਇੱਥੇ ਹੀ ਹਨ। ਅੱਛਾ, ਚਲੋ। ਹਾਂ, ਹੁਣ ਇਹ ਦੱਸਣਾ ਵੀ ਤੁਹਾਡਾ ਮੁਸਲਮਾਨਾਂ ਨਾਲ ਮੇਲ ਜੋਲ ਕਿਸ ਤਰ੍ਹਾਂ ਦਾ ਸੀ? ਬੜਾ ਚੰਗਾ ਜੀ, ਬਹੁਤ ਜ਼ਿਆਦਾ। ਕੋਈ ਨਾਂ ਚੇਤੇ ਆ? ਆਹੋ, ਗੁਲਾਮ ਮੁਹੰਮਦ ਸੇਖ, ਸ਼ਫੀ ਸੀ, ਇਸ ਤਰ੍ਹਾਂ ਸਾਰੇ, ਬਲ ਭੋਲਾ ਸੀਗਾ ਜੀ। ਗੱਲ ਹੈ ਜੀ, ਉਹ ਹੈ ਤਾਂ ਇੰਨਾ ਹੀ ਜਿੰਨਾ ਨਾ ਉਹ ਕੋਠੀ ਹੈ, ਸਮਝ ਗਏ? ਇੰਨਾ ਹੀ ਫਰਕ ਸੀ। ਉਹ ਖੂਹ ਸਾਡੇ ਹਨ ਤਿੰਨ ਇਸ ਤਰ੍ਹਾਂ ਲੈਣ 'ਚ, ਅਤੇ ਉੱਥੇ ਨਹਾਉਣ ਆਉਂਦੇ ਸੀ ਮੁਸਲਮਾਨ ਸਾਰੇ। ਅੱਛਾ ਜੀ। ਕਦੇ ਬਾਪੂ ਸਾਡੇ ਨੇ ਗਾਦੀ 'ਤੇ ਬੈਠਿਆ ਹੋਣਾ ਅਤੇ ਉਹ ਨਹਾਉਣਾ, ਅਤੇ ਮੁਸਲਮਾਨ ਛੇ ਛੇ ਚਾਦਰਾਂ ਲਾ ਕੇ ਅਤੇ ਨਿਸ਼ਾਰ ਥੱਲੇ ਬਹਿ ਜਾਣਾ, ਅਤੇ ਬਾਪੂ ਨੂੰ ਉਹਨਾਂ ਨੂੰ ਗਾਲਾਂ ਕੱਢਣੀਆਂ, ਕੰਜਰ ਦੇ ਉੱਤੇ ਹੀ ਐਵੇਂ ਨਹਾਉਣ ਡੇ ਪੈਂਦੇ ਉਹ। ਅੱਛਾ, ਅਤੇ ਫਿਰ ਉਹ ਆਖਣਾ, ਨਹੀਂ ਸਿੰਘਾ ਤੂੰ ਲਾਂਭੇ ਉੱਠ ਕੇ ਚਲਾ ਜਾ, ਮਜ਼ਾਕ ਕਰਦੇ ਹੁੰਦੇ ਬੜਾ। ਮਜ਼ਾਕ ਕਰਨਾ? ਅੱਛਾ ਅੱਛਾ ਅੱਛਾ, ਵਾਹ ਜੀ ਵਾਹ। ਅਤੇ ਇਹਨਾਂ 'ਚੋਂ ਤੁਹਾਡਾ ਦੋਸਤ ਕਿਹੜਾ ਸੀਗਾ ਇਹਨਾਂ ਮੁਸਲਮਾਨਾਂ 'ਚੋਂ, ਤੁਹਾਡੇ ਹਾਣ ਦਾ? ਉਹ ਤਾਂ ਭੁੱਲ ਗਿਆ ਜੀ। ਇੱਕ ਜਾਕਾ ਸੀ, ਜਾਕਾ ਜਾਕਾ ਉਹਨੂੰ ਕਹਿੰਦੇ ਸੀ, ਅਤੇ ਦੂਜੇ ਫਿਰ ਇੱਕ ਬਸ਼ੀਰ ਸੀਗਾ, ਅਤੇ ਉਹ ਸੀ ਤਰਖਾਣ। ਅੱਛਾ, ਉਹ ਵੀ ਤੁਹਾਡੇ ਪਿੰਡ 'ਚ ਰਹਿੰਦਾ ਸੀ? ਉਹ ਸਾਡੇ ਪਿੰਡ 'ਚ ਰਹਿੰਦਾ ਸੀ। ਅੱਛਾ, ਬਸ਼ੀਰ। ਇੱਕ ਕਸ਼ਮੀਰੀਆਂ ਦਾ ਸੀ ਘਰ, ਉਹ ਵੀ ਸਾਡੇ ਪਿੰਡ ਰਹਿੰਦਾ। ਕੀ ਨਾਂ ਸੀ ਉਹਨਾਂ ਦੇ? ਸਾਈਂ ਉਹਨੂੰ ਕਹਿੰਦੇ ਸੀ, ਸਾਈਂ ਕਹਿੰਦੇ ਸੀ। ਅਤੇ ਬੜਾ ਸਾਡੇ ਨਾਲ ਉਹ ਤਲਕ ਉਹਨੇ ਚੰਗੇ, ਸਾਡੇ ਘਰ ਦੇ ਪਿਛਲੇ ਪਾਸੇ ਉਹਦਾ ਘਰ ਸੀ ਜੀ। ਜੀ 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 ਜੀ। ਮਤਲਬ ਇਹ ਜਿਹਦੇ ਮੁਸਲਮਾਨ ਸੀਗੇ ਉਹਨਾਂ ਨੂੰ ਇੱਦਾਂ ਅਹਿਸਾਸ ਸੀਗਾ ਵੀ ਅਸੀਂ ਵੀ ਇੱਕੋ ਹੀ ਹਾਂ? ਇੱਕੋ ਜੀ, ਬਿਲਕੁਲ, ਗੋਤਿਆ ਸਾਡੀ ਭਰਾਵਾਂ ਵਾਂਗੂ ਇਕੱਠੇ ਰਹਿੰਦੇ ਸੀ। ਅੱਛਾ ਅੱਛਾ, ਕਦੀ ਲੜਾਈ ਨਹੀਂ ਹੋਈ? ਨਾ ਨਾ, ਆਹ ਹੁਣ ਜੀ ਹੋਣ ਲੱਗੀ ਜਦੋਂ ਆਏ ਆ ਨਾ ਅਸੀਂ। ਚਲੋ, ਉਹ ਤਾਂ ਹਵਾ ਬਦਲ ਗਈ, ਰੰਗ ਬਦਲ ਗਏ, ਢੰਗ ਬਦਲ ਗਏ, ਰਿਸ਼ਤੇ ਬਦਲ ਗਏ, ਨਜ਼ਰਾਂ ਬਦਲ ਗਈਆਂ। ਗੱਲ ਹੈ ਜੀ, ਉਦੋਂ ਵਿਗੜਨ ਲੱਗੇ ਆ ਲੋਕ ਸਨ 46 'ਚ, ਜਦੋਂ ਜੰਗ ਖਤਮ ਹੋਣ ਲੱਗੀ ਆ ਨਾ। ਹਾਂ, ਤੁਹਾਡਾ ਸਕੂਲ ਸੀ? ਹਾਂਜੀ। ਅਤੇ ਤੁਹਾਡੇ ਟੀਚਰ ਸੀਗੇ? ਹਾਂਜੀ। ਉਹਨਾਂ ਬਾਰੇ ਵੀ ਜ਼ਰੂਰ ਦੱਸੋ। ਉਹ ਟੀਚਰ ਸਾਰੇ ਚੰਗੇ ਮੁਸਲਮਾਨ ਵਿੱਚ ਸਾਡੇ ਹਨ। ਇੱਕ ਨਾਂ ਮੁਹੰਮਦ ਅਕਰਮ ਸੀਗਾ, ਮਾਸਟਰ ਜੀ ਜੀ, ਉਰਦੂ ਪੜ੍ਹਾਉਂਦਾ ਸੀ ਸਾਨੂੰ ਜੀ ਜੀ ਜੀ। ਅਤੇ ਹੋਰ ਵੀ ਮਾਸਟਰ ਜਿਹੜੇ, ਕੋਈ ਹਿੰਦੂ ਸੀਗਾ, ਠੀਕ ਹੈ ਜੀ, ਅਤੇ ਇੱਕ ਮੁਸਲਮਾਨ ਹੋਰ ਹੈੱਡ ਮਾਸਟਰ, ਉਹਦਾ ਨਾਮ ਕੀ ਨਾਂ ਸੀਗਾ ਜੀ? ਉਹਦਾ ਨਾਂ ਭੁੱਲ ਗਿਆ ਜੀ। ਜੀ ਜੀ। ਅਤੇ ਪਿੰਡ ਦੇ ਵਿੱਚ ਸਕੂਲ ਸੀ ਜਾਂ ਥੋੜ੍ਹਾ ਦੂਰ ਜਾਣਾ ਪੈਂਦਾ ਸੀ? ਨਹੀਂ ਜੀ, ਪਿੰਡੂ ਸਕੂਲ ਸਾਡਾ ਉਹਦੇ ਪੰਜਵੀਂ ਵਾਸਤੇ ਲਾਲੇ ਵਾਲੀ ਸੀ ਲਾਗੇ, ਲਾਲੇ ਵਾਲੀ ਖੁਸ਼ਹਾਲੜ, ਅਤੇ ਹਾਈ ਸਕੂਲ ਚਵਿੰਡਾ ਸੀਗਾ। ਉਹ ਬਾਈ ਬਾਜੀ ਉੱਥੇ ਕਸ਼ਮੀਰੀ ਵੀ ਹੈਗੇ ਸਨ ਜੀ, ਕਸ਼ਮੀਰੀ ਵੀ ਸਨ, ਕਸਬਾ ਜਾਂ ਸੂਬੇ ਵਾਂਗੂ। ਕੁਛ ਕਸ਼ਮੀਰੀ ਬਾਅਦ 'ਚ ਵੀ ਉੱਥੇ ਗਏ ਆ, ਥੋੜ੍ਹੀ ਦੇਰ ਪਹਿਲਾਂ ਹੀ ਮੈਂ ਇੱਕ ਕਿਸੇ ਨੇ ਉੱਥੇ ਵੀਡੀਓ ਪਾਈ ਸੀਗੀ, ਬਾਅਦ ਚਲੇ ਗਏ ਹੋਣੇ ਆ। ਕਸ਼ਮੀਰੀਆਂ ਦਾ ਜ਼ੋਰ ਸੀ ਉੱਥੇ, ਵਾਹਵਾ ਜ਼ਿਆਦਾ ਕਸ਼ਮੀਰੀਆਂ ਦਾ ਜ਼ੋਰ ਸੀ। ਠੀਕ ਹੈ ਜੀ, ਠੀਕ ਹੈ। ਕਿਉਂਕਿ ਮੈਂ ਸਾਡੇ ਇੱਥੇ ਮੁਹੰਮਦ ਬਸ਼ੀਰ ਸੀ, ਕਹਿਣ ਲੱਗਾ ਚਲੋ ਸੁਲਾਹ ਕਰਨੀ ਹੈ, ਅਤੇ ਉੱਥੋਂ ਅਸਲਾ ਲੈ ਉਹ ਲੈ ਉਹ ਕੁਛ ਲੋਇਆ ਅਤੇ ਕੁਛ ਬਾਂਸ ਬੂੰਸ ਲਿਆਓ ਅਤੇ ਮੁਸਲਮਾਨ ਇਕੱਠੇ ਆਪਣੇ ਹਥਿਆਰ ਬਣਾਓ। ਮੈਂ ਗਿਆ, ਇੱਕ ਮੇਰਾ ਮੁਲਖਾ ਗਿਆ, ਅਤੇ ਇੱਕ ਬਸ਼ੀਰਾ ਤਰਖਾਣਾ ਦਾ ਟਿਕੜੀ ਇਹਨਾਂ ਲੈ ਲਿਆ। ਕੋਈ ਬਾਬਾ ਜੀ ਦਾ ਪਿੰਡ ਵੀ ਹੋਈ ਸੀ? ਹਾਂ, ਆਪਣੇ ਭਰਾ ਹੀ ਆ ਜੀ। ਅੱਛਾ, ਅਸੀਂ ਜਾ ਕੇ ਉੱਥੇ ਕੋਈ ਡਾਂਗਾਂ ਡੂੰਗਾਂ ਲਈਆਂ, ਅੱਛਾ ਲੋਹਾ ਲਿਆ, ਠੀਕ ਹੈ ਜੀ, ਉੱਥੇ ਖੜ੍ਹੇ ਹਾਂ, ਅਤੇ ਸਾਡਾ ਮਾਸਟਰ ਡ੍ਰਿਲ ਦਾ ਸੀ ਕਸ਼ਮੀਰੀ ਜੀ ਜੀ, ਇੱਕ ਹੋਰ ਸੀ ਮੁਸਲਮਾਨ ਮੁੰਡਾ ਖੜ੍ਹਾ ਉੱਥੇ ਜੀ ਜੀ, ਉਹਨਾਂ ਦੋਵਾਂ ਵੇਖ ਕੇ ਨਾ ਅਤੇ ਔਖੇ ਜਿਹੇ ਹੋ ਕੇ ਉਹਨੂੰ ਬਸ਼ੀਰ ਨੂੰ ਬੁਲਾ ਲਿਆ, ਕਹਿੰਦਾ ਗੱਲ ਸੁਣ। ਅੱਛਾ, ਪਰਾਂ ਹੋਇਆ ਅਤੇ ਮੈਨੂੰ ਫਿਕਰ ਪੈ ਗਿਆ, ਮੈਂ ਹੀ ਜਲਦੀ ਉਹਨਾਂ ਨੂੰ ਨਿਕਲੇ ਜੀ ਜੀ। ਗਾਂ ਆਏ ਅਤੇ ਇੱਕ ਮੁੰਡਾ ਆਵਾਜ਼ਾਂ ਮਾਰ ਗਿਆ ਮੇਰਾ ਪੜ੍ਹਦਾ ਸੀ, ਕਹਿੰਦਾ ਤਾਰਾ ਹੀ ਗੱਲ ਸੁਣੀ, ਗੱਲ ਸੁਣੀ ਮੈਂ ਕੀ, ਕਹਿੰਦਾ ਨੱਠ ਜਾਓ, ਉਹ ਜੇ ਮੁਸਲਮਾਨ ਆ ਤੁਹਾਡੇ ਖਿਲਾਫ, ਮਗਰ ਤੁਹਾਡੇ ਚੜ੍ਹਨਾ। ਅੱਛਾ, ਅਸੀਂ ਦੋਵੇਂ ਮੁਲਖਾਂ ਨੂੰ ਪੜ੍ਹ ਸੀ, ਕਹਿੰਦਾ ਕੀ ਗੱਲ, ਮੈਂ ਜਲਦੀ ਆ ਗੱਡੀ ਦੀ ਲੈ। ਪੂਰਾ ਨਾਂ ਕੀ ਸੀ? ਮੁਲਖਾ ਸਿੰਘ। ਅੱਛਾ, ਉਹ ਸੀਗਾ। ਹਾਂ, ਬਸ਼ੀਰ ਵੀ ਨਾਲ ਹੀ ਸੀ? ਬਸ਼ੀਰ ਉਹਨਾਂ ਰੱਖ ਲਿਆ ਕੋਲ,
ਉਹ ਰੱਖ ਲਿਆ, ਉਹਨੇ ਚਪੇੜਾ ਮਾਰੀਆਂ ਕਿ ਤੂੰ ਇਹਨਾਂ ਨਾਲ ਕਿਉਂ ਤੁਰਿਆ ਸਿੱਖਾਂ ਨਾਲ। ਹਾਂ, ਅਸੀਂ ਫਿਰ ਮੁਲਖਾ ਇਹ ਕੀ ਗੱਲ, ਮੈਂ ਤੂੰ ਨੱਠ, ਮਗਰ ਇੱਕ ਮੁੰਡਾ ਆਵਾਜ਼ਾਂ ਮਾਰੀ ਜਾ ਤਾਰਾ ਗੱਲ ਸੁਣੀ ਗੱਲ, ਮੈਂ ਉਹ ਮਹਿੰਦਰ ਸੀਗਾ, ਕਹਿੰਦਾ ਮੈਂ ਮਹਿੰਦਰ ਹਾਂ ਗੱਲ ਸੁਣ ਰਿਹਾ। ਮੈਂ ਕੀ ਗੱਲ, ਕਹਿੰਦਾ ਦੌੜ ਜਾਓ ਇਹ ਕਸ਼ਮੀਰੀ ਜਿਹੜਾ ਤੁਹਾਡੇ ਗੱਲ ਪੈਣੇ ਆ। ਅੱਛਾ, ਚਵਿੰਡਾ ਦੇ, ਚਵਿੰਡੇ ਵਾਲੇ। ਅੱਛਾ, ਅਸੀਂ ਜਿਉਂ ਚੜ੍ਹੇ ਲੈਣ ਸੀ ਗੱਡੀ ਦੀ, ਆ ਗਏ ਬਸ਼ੀਰ ਨੂੰ ਉਹਨੇ ਉੱਥੇ ਰੱਖ ਲਿਆ, ਘਰ ਆਏ ਨਾ ਅਸੀਂ ਨਹੀਂ ਕਿਸੇ ਨੂੰ ਦੱਸਿਆ ਕਿ ਬਸ਼ੀਰ ਨੂੰ ਉਹਨੇ ਉੱਥੇ ਰੱਖ ਲਿਆ। ਬਸ਼ੀਰ ਨੂੰ ਛੱਡਿਆ ਅਤੇ ਉਹ ਘਰ ਆ ਗਿਆ, ਕਹਿੰਦਾ ਉਹਨਾਂ ਨੂੰ ਦੱਸਿਓ ਨਾ, ਉਹਨਾਂ ਦੇ ਮਗਰ ਮੁਸਲਮਾਨ ਚੜ੍ਹ ਗਏ। ਸਵੇਰੇ ਫਿਰ ਜਾ ਕੇ ਬਾਬੇ ਜਮੀਤਾ ਇੱਕ ਜਮੀਤਾ ਦੱਸ ਉਹਨੂੰ ਭੇਜਿਆ, ਬਾਜਵਿਆਂ 'ਚ ਸੀ, ਸਾਡਾ ਹੀ ਲਾਗੇ ਤੁਹਾਡਾ ਸੀ, ਉਹਨੇ ਜਾ ਕੇ ਪੁੱਛਿਆ, ਕਹਿੰਦੇ ਬਸ਼ੀਰਾ ਆ ਗਿਆ। ਬਸ਼ੀਰਾ ਉਹਨਾਂ ਨੇ ਛੱਡ ਦਿੱਤਾ? ਆਹੋ। ਫਿਰ ਮਿਲਣ ਗਏ ਬਸ਼ੀਰੇ ਨੂੰ? ਆਹੋ, ਫਿਰ ਉਹ ਸਵੇਰੇ ਸਾਰੇ ਮਿਲਦੇ ਮਿਲਦੇ ਰਹੇ। ਕੀ ਦੱਸਦਾ ਸੀ ਵਿਚਾਰਾ? ਕਹਿੰਦਾ ਮੈਂ ਤਾਂ ਚਪੇੜਾ ਮਾਰੀਆਂ, ਕਹਿੰਦਾ ਤੂੰ ਇਹਨਾਂ ਨਾਲ ਕਿਉਂ ਤੁਰਿਆ। ਇਸ ਤਰ੍ਹਾਂ ਹਾਲ ਸੀ, ਹਾਲ ਮਾੜੇ ਉਹਦੇ ਸ਼ੁਰੂ ਹੋ ਗਏ ਸਨ। ਮਤਲਬ ਤੁਸੀਂ ਕੋਈ ਸਮਾਨ ਨਹੀਂ ਲੈ ਕੇ ਆਏ? ਨਾ ਜੀ, ਇੱਕ ਖੇਸ ਨਹੀਂ ਲਿਆਂਦਾ। ਕਿ ਗੱਲ ਇਹ ਹੋਈ ਨਾ, ਇਹ ਸ਼ਾਮ ਨੂੰ ਬੰਦੇ ਕਹਿਣ ਘਰਾਂ 'ਚੋਂ ਨਿਕਲ ਕੇ ਨਾ, ਕਹਿੰਦਾ ਭਿੱਲੋ, ਭਿੱਲੋ ਵਾਲੀ ਪਿੰਡ ਸੀ ਭਿੱਲੋ ਕੇ ਜੀ, ਕਹਿੰਦੇ ਉੱਥੇ ਰਾਤ ਰਵਾਂਗੇ। ਇਹ ਸਾਰੇ ਚਲੇ ਗਏ ਅਤੇ ਮੈਂ ਇੱਕ ਅਮਰਾ ਭਗਤ ਸੀਗਾ, ਅਸੀਂ ਰਹਿ ਗਏ ਪਿੰਡ ਹੀ। ਧਾਰ ਕੱਢੀ, ਮੱਝਾਂ ਬੜੀਆਂ ਤਾਜ਼ਾ ਸੂਈਆਂ ਹਨ, ਉਹ ਮਾਮਦੀਨ ਮੋਚੀ ਸੀ, ਉਹਨੂੰ ਮੈਂ ਰਸੀਦ ਕਰ ਦਿੱਤੀ। ਜਿੰਨਾ ਸਮਾਨ ਚਾਚੇ ਸਾਡਾ ਨਵਾਂ ਹੀ ਵਿਆਹ ਹੋਇਆ ਸੀ, ਉਹਦਾ ਸਮਾਨ ਲਿਆ ਕੇ ਵੀ ਮਾਮਦੀਨ ਮੋਚੀ ਸੀ ਉਹਦੇ ਘਰ ਦੇ ਦਿੱਤਾ ਉਹਨਾਂ ਨੇ। ਅਸੀਂ ਖੜ੍ਹੇ ਅਤੇ ਮੁਸਲਮਾਨ ਮੁੰਡੇ ਆ ਗਏ, ਪੰਜ ਚਾਰ ਵਾਕਫ ਸਨ ਪਿੰਡ ਦੇ ਹੀ। ਆਹੋ, ਤੁਰੇ ਡਾਂਗਾ ਫੜ ਗਿਆ, ਆਖਿਆ ਕੀ ਗੱਲ? ਕਹਿੰਦੇ ਕੋਈ ਗੱਲ ਨਹੀਂ, ਆ ਜਾਓ, ਕੁਛ ਨਹੀਂ ਹੁੰਦਾ। ਮੈਂ ਅਮਰੇ ਨੂੰ ਕਿਹਾ ਚੱਲ ਇੱਥੋਂ ਨਿਕਲ ਚਲੀਏ ਹੁਣ। ਅਸੀਂ ਨਿਕਲ ਕੇ ਨਾ ਅਤੇ ਆਹ ਛੱਪੜ ਲੈ ਜਾਣ ਦੇ, ਛੱਪੜ ਨੂੰ ਪਏ, ਅੱਗੇ ਗਏ ਅਤੇ ਇਹ ਭਿੱਲੋ ਕੇ ਤੁਰ ਗਏ ਹਨ ਘਰ ਦੇ ਸਾਰੇ ਲੋਕ, ਰਾਤ ਖੁਰਤੂ ਵੀ ਚਲੇ ਗਏ ਹੋ ਗਏ। ਅਤੇ ਇਹ ਕੀਤਾ ਨਾ, ਅਸੀਂ ਜਾ ਕੇ ਵੇਖਿਆ ਧੂੰਆਂ ਨਿਕਲੇ ਪਿਆ, ਸ਼ਪੈਤ ਪੁੱਜ ਦੇ ਘਰਾਂ ਨੂੰ ਲੁੱਟਣ ਡੇ। ਤੁਹਾਡੇ ਪਿੰਡ ਦੇ ਸ਼ਹਿਰ ਪੁੱਛ ਵੀ ਸੀਗੇ? ਭਿੱਲੋ ਕੇ ਆਉਂਦੇ ਹਨ, ਭਿੱਲੋ ਕੇ ਆਉਂਦੇ। ਅੱਛਾ ਅੱਛਾ। ਅਸੀਂ ਉੱਥੋਂ ਸਿੱਧੇ ਨਾ ਗਾਂ ਗਏ ਲਾਲੇ ਵਾਲੀ, ਇੰਨਾ ਹੀ ਦੂਰ ਸੀ, ਦਸ ਦਸ ਪੈਲੀਆਂ ਦਾ ਫਰਕ ਆ ਸਾਰਾ। ਅੱਛਾ, ਉੱਥੋਂ ਵੀ ਬੰਦੇ ਗਾਂ ਤੁਰਨ ਤਿਆਰ ਹੋਏ, ਉੱਥੇ ਫਿਰ ਅਸੀਂ ਉਹਨਾਂ ਨਾਲ ਰਲ ਗਏ, ਸਾਰੇ ਪਿੰਡ ਇਕੱਠੇ, ਭਿੱਲੋ ਕੀ ਸਾਡਾ ਪਿੰਡ ਲਾਲੇ ਵਾਲੀ, ਇਹ ਸਾਰੇ ਜਾ ਕੇ ਵਡਿਆਣੇ ਨਾ ਵਡਿਆਣਾ ਕੈਂਪ ਸੀ। ਹਾਂ, ਵਡਿਆਣੇ ਕੈਂਪ ਤੇ ਮੱਲੀਆਂ ਦਾ ਪਿੰਡ ਸੀ, ਮੱਲੀਆਂ ਦਾ ਪਿੰਡ ਸੀ। ਵਡਿਆਣਾ ਬੜਾ ਖੁਸ਼ਕ ਇਲਾਕਾ, ਕੋਈ ਉੱਥੇ ਰਿਸ਼ਤਾ ਨਹੀਂ ਦਿੰਦਾ ਹੁੰਦਾ, ਕੋਈ ਉੱਥੇ ਸ਼ਾਦੀ ਨਹੀਂ ਐਵੇਂ ਕਰਦਾ। ਉੱਥੇ ਚਲੇ ਗਏ ਜੀ, ਫਿਰ ਲਾਗੇ ਪਿੰਡ ਸੀ ਇੱਕ ਅੱਧਾ, ਉੱਥੋਂ ਜਾ ਕੇ ਖੇਸ ਖੂਸ ਲੈ ਦਿੱਤੇ ਲੋਕਾਂ ਨੇ। ਕਿਹੜਾ ਪਿੰਡ ਸੀ ਨੇੜੇ? ਨਾਂ ਦਾ ਭੁੱਲ ਗਿਆ, ਕੀ ਭਰੋ ਕੇ ਕੀ ਗੁਰਦਨਪੁਰ ਗਏ ਸੀ। ਅੱਛਾ, ਉੱਥੇ ਰਾਤ ਰਹੇ, ਉੱਥੇ ਦੇ ਕੱਪੜੇ ਕੁੱਪੜੇ ਲੋਕ ਲੈ ਜਾਣ, ਕਿਤੇ ਇਹ ਹਾਲ ਹੋ ਗਿਆ। ਅੱਛਾ, ਰਿਸ਼ਤੇਦਾਰੀ ਸੀ ਉੱਥੇ। ਤੇ ਤੁਸੀਂ ਤੁਰਨ ਲੱਗੇ ਫਿਰ ਬਸ਼ੀਰ ਨੂੰ ਮਿਲ ਕੇ ਆਏ? ਨਾ ਜੀ, ਮੋਇਆ ਵੇਖਿਆ ਤੋ ਕੋਈ ਨਹੀਂ, ਪੁੱਤ ਕੇ ਅਸੀਂ ਨੱਟ ਕੇ ਗਏ, ਮੁੜ ਕੇ ਮਿਲਿਆ ਹੀ ਕੋਈ ਨਹੀਂ, ਪਥਰੂਰ ਨੂੰ ਆ ਗਏ, ਕੋਈ ਬੰਦਾ ਨਹੀਂ ਮਿਲਿਆ ਕਿਸੇ ਨੂੰ, ਭੁੱਖੇ ਤੇ ਆਈ, ਭੁੱਖੇ ਤੇ ਕੋਈ ਆਟਾ ਨਾ ਦਾਣਾ ਤੇ ਕੋਈ ਚੀਜ਼ ਨਹੀਂ ਖੜੀ ਇੱਕ ਮਾਸਾ ਵੀ, ਐਦਾਂ ਗੱਲ ਦੇ ਲੀੜੇ ਬਸ। ਉੱਥੇ ਗਏ ਤੇ ਕੈਂਪ ਲੱਗ ਗਿਆ, ਅਸੀਂ ਚਲੇ ਗਏ, ਸਾਡਾ ਭਰਾ ਸੀ ਟੈਣ, ਉਹਦੇ ਸਹੁਰੇ, ਪੰਜ ਗ੍ਰਾਹੀ ਸੀ, ਪੰਜ ਗ੍ਰਾਹੀ ਪਿੰਡ ਸੀ ਉੱਥੇ। ਆਹੋ, ਪਰੇ ਲਾਗੇ, ਠੀਕ ਹੈ ਜੀ, ਠੀਕ ਹੈ। ਉੱਥੇ ਗਏ ਤੇ ਆਹ ਕਿਹਾ ਗੱਲ, ਅਸੀਂ ਤਾਂ ਉੱਧਰ ਨੱਠ ਆਏ ਹਾਂ, ਕਹਿੰਦੇ ਇੱਥੇ ਨਾ ਨਾ ਲਿਓ, ਇੱਥੇ ਨਾ ਨਾ ਲਿਓ, ਇੱਥੇ ਸੁਲਾਹ ਕੀਤੀ ਅਸੀਂ। ਅਸੀਂ ਚੁੱਪ ਕਰੇ ਅਤੇ ਅੱਧੀ ਕੁ ਰਾਤ ਹੋਏ ਅਤੇ ਆਣ ਦੌੜਨਾ, ਦੌੜਨ ਲੱਗੀਆਂ ਉੱਥੋਂ ਵੀ, ਸਭ ਨੱਠ ਆਏ। ਅਸੀਂ ਫਿਰ ਕੈਂਪ 'ਚ ਆ ਗਏ, ਕੈਂਪ 'ਚ ਆਏ ਤਾਂ ਫਿਰ ਕਾਫੀ ਦੁਨੀਆ ਇਕੱਠੀ ਹੋ ਗਈ, ਪਸਰੂਰ ਆ ਗਏ। ਹਾਂ ਹਾਂ, ਪਸਰੂਰ ਆ ਗਏ ਇਕੱਠੇ, ਨਹੀਂ ਕੈਂਪ 'ਚ ਰਹੇ ਨਾ। ਅਤੇ ਉੱਥੇ ਆ ਗਿਆ ਜੀ ਇੱਕ ਮੇਜਰ ਫੌਜੀ, ਜਦੋਂ ਕੈਂਪ ਨੇ ਤੁਰਨਾ ਸੀਗਾ, ਜਿਹੜੇ ਸਿੱਖ ਹਨ ਨਾ ਕੋਈ ਚੰਗੇ ਅਜੇ ਪੁਰਾਣੇ ਫੌਜੀ ਫੌਜੀ, ਉਹਨਾਂ ਕਿਹਾ ਜੀ ਸਾਨੂੰ ਸਰਦਾਰ ਫੌਜੀ ਦਿਓ ਜੀ। ਮੇਜਰ ਕਹਿੰਦਾ ਫੌਜ ਦੇ ਆਦਮੀ ਨਹੀਂ ਮਿਲਣੇ ਤੁਹਾਨੂੰ, ਦੋ ਮੁੰਡੇ ਹੈਗੇ ਆ ਫੌਜੀ, ਉਹ ਤੁਹਾਡੇ ਨਾਲ ਜਾਣਗੇ। ਉੱਥੋਂ ਚਾਲਾ ਪਾਤਾ ਜੀ, ਇਹ ਤੁਰ ਪਏ ਸਾਰੇ। ਉਦੋਂ ਸੜਕਾਂ ਕੱਚੀਆਂ ਹਨ, ਕੋਈ ਸੜਕ ਪੱਕੀ ਤਾਂ ਹੈ ਨਹੀਂ। ਅਸੀਂ ਆ ਕੇ ਰਹੇ ਚਵਿੰਡੇ, ਅਤੇ ਚਵਿੰਡੇ ਨਹੀਂ ਆਏ ਹੁਣ ਨਾ, ਚਵਿੰਡੇ ਪਸਰੂਰ, ਪਸਰੂਰ ਵਡਿਆਣੇ ਲੱਗਾ ਸੀ ਕੈਂਪ ਤਾਂ।
ਨਹੀਂ ਬੜਿਆਣੇ ਫਿਰ ਆ ਗਏ ਨਾ, ਪਸਰੂਰ ਆਏ ਤੇ ਇੱਥੇ ਹੁਣ ਰਾਤ ਰਹੇ, ਰਾਤ ਕਰਾਸਵਰ ਦੇ ਸਰਦਾਰ ਸਨ ਮਸ਼ਹੂਰ, ਹਾਂਜੀ ਉੱਥੇ ਫਿਰ ਰਾਤ ਬਾਜਵੇ ਸਾਰੇ ਬਾਜਵੇ ਹਨ, ਉੱਥੋਂ ਇਹ ਚਾਲਾ ਕੀਤਾ ਨਾ ਅਤੇ ਲੋਕ ਕਹੇ ਬਾਹਰ ਨਾ ਨਿਕਲੋ ਕੈਂਪ 'ਚੋਂ, ਕੋਈ ਵੀ ਨਾ ਜਾਵੇ ਜਥੇ 'ਚੋਂ ਲਾਂਭੇ, ਕੋਈ ਜਿਹੜਾ ਜਾਂਦਾ ਸੀ ਉਹਨੂੰ ਬਾਹਰੋਂ ਮਾਰ ਦਿੰਦੇ ਸੀ। ਉੱਥੋਂ ਗਏ ਨਾ ਜੀ ਅਸੀਂ ਪਸਰੂਰ ਕਰਾਸ ਵਾਲੀ, ਅਤੇ ਅੱਗੇ ਜਾਂਦੇ ਰਹੇ ਚਿਕੜੀ ਪਹੁੰਚੇ ਨਾ ਚੰਦੋਵਾਲ, ਉੱਥੇ ਇੱਕ ਡੇਕ ਟੱਪ ਕੇ, ਤੈਨੂੰ ਨਾ ਮੈਨੂੰ ਨਹੀਂ ਯਾਦ, ਡੇਕ ਟੱਪ ਕੇ ਜੀ ਗੜੀਆਂ ਸਿਰ 'ਤੇ ਮਾੜੀ ਮਾੜੀ ਰੱਖੀਆਂ, ਡੇਕ ਐਡੀ ਮਾੜੀ ਸੀ ਨਾ ਕਹਿੰਦੇ ਯਕਦਮ ਹੜ੍ਹ ਆ ਜਾਂਦਾ ਸੀ। ਬਿਲਕੁਲ ਸੁਣਿਆ ਜੀ ਉਹਦੇ ਬਾਰੇ, ਸੁਣਿਆ ਨਾ ਬਿਲਕੁਲ। ਅੱਛਾ ਜੀ, ਉੱਥੋਂ ਹੀ ਨਿਕਲੇ ਨਾ ਬਾਹਰ, ਜਿੰਨਾ ਆਹ ਥਾਂ ਇੱਥੇ ਇੱਕ ਸਕੂਲ ਸੀ ਤਗੜਾ, ਉੱਥੇ ਉਹ ਮੁਸਲਮਾਨਾਂ ਨੇ ਪਾਣੀ ਛੱਡ ਦਿੱਤਾ, ਉਹਨਾਂ ਨੇ ਹਮਲਾ ਕਰਨਾ ਸੀ ਕੈਂਪ 'ਤੇ, ਨਾ ਚੰਦੋਵਾਲ, ਉੱਥੇ ਜੀ ਉਹਨੇ ਹਮਲਾ ਕਰਨਾ ਸੀ, ਇਸ ਤਰ੍ਹਾਂ ਸਕੂਲ ਸੀ ਉਹਦੀ ਦੀਵਾਰ 'ਤੇ। ਹਾਂਜੀ, ਨਹੀਂ ਸਾਡਾ ਵੀ ਇਹੋ ਕਰਾਸ ਵਾਲੇ ਦਾ ਜਥਾ, ਹਾਂਜੀ ਹਾਂਜੀ ਉਹ ਤੁਹਾਨੂੰ ਦੱਸ ਰਿਹਾ, ਉੱਥੇ ਇਸ ਤਰ੍ਹਾਂ ਦੁਆਰ ਸੀ, ਕੋਈ ਦੋ ਫੌਜੀ ਦੇ ਦੁਆਰ 'ਤੇ ਬਹਿ ਗਏ, ਅਸੀਂ ਇੱਧਰ ਖੜ੍ਹੇ ਸੀ, ਉੱਧਰੋਂ ਆ ਗਈ ਰਿਫਿਊਜੀਆਂ ਦੀ ਗੱਡੀ, ਰੇਲਵੇ ਵਿੱਚ ਬੈਠੇ ਹਨ ਫੌਜੀ, ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਮੇਰੇ ਵਹਿੰਦਿਆਂ, ਇਸ ਤਰ੍ਹਾਂ ਕਪੂਰ ਸਿੰਘ ਨਾ ਇਸ ਤਰ੍ਹਾਂ ਦਾ ਪਤਾ ਸੀ, ਉਹਦੇ ਇੱਥੇ ਗੋਲੀ ਵੱਜੀ ਅਤੇ ਉਹਨੇ ਦਰਖਤ ਨੂੰ ਜੱਪਾ ਮਾਰ ਲਿਆ। ਲੋਕ ਜਦ ਫੌਜੀ ਦੋ ਕਹਿਣ ਲੱਗੇ, ਅਸੀਂ ਵੀ ਹੁਣ ਤੁਹਾਡੇ ਨਾਲ ਹੀ ਮਰਨਾ, ਹੁਣ ਗੱਲ ਕੋਈ ਨਹੀਂ, ਯਕਦਮ ਹੀ ਇੱਧਰੋਂ ਕਾਲੇ ਕਾਲੇ ਫੌਜੀ ਆ ਗਏ, ਮਦਰਾਸੀ, ਉਹਨੇ ਕਿਹਾ ਡੋਂਟ ਵਰੀ ਵੀ ਆਰ ਇੰਡੀਅਨ ਆਰਮੀ। ਫਿਰ ਲੋਕਾਂ ਦਾ ਹੌਸਲਾ ਹੋ ਗਿਆ, ਨਾਲ ਹੀ ਫਿਰ ਚੰਦੋਵਾਲ ਇੱਧਰ ਕੈਂਪ ਲੱਗੇ ਸੀ, ਉੱਥੇ ਫਿਰ ਰਾਤਾਂ ਕੱਢੀਆਂ, ਨਾ ਜਿਹੜੇ ਖੂਹ ਹਨ ਨਾ ਉਹਨਾਂ 'ਚ ਵੀ ਸੈਰ ਪਾ ਦਿੱਤਾ, ਪਾਣੀ ਨਾ ਪੀਓ, ਬਸ ਕਤਲ ਕਤਲ ਗਰਤ ਹੋ ਜਾਣੀ। ਅੱਛਾ ਜੀ, ਇੱਥੋਂ ਗਾਹ ਗਏ ਨਾ ਅਸੀਂ, ਜਿੱਥੇ ਗਏ ਅੱਗੋਂ ਦਾ ਜੱਸੜ ਹੁੰਦਾ ਸੀ, ਉਦੋਂ ਗਾਹ ਹੀ ਗਏ ਨਾ ਜੀ ਨਾਰੋਵਾਲ ਤੋਂ, ਅਤੇ ਨਾਲ ਹੀ ਗੱਡੀ ਦੀ ਲੈਣ ਸੀ, ਅੱਜ ਇੱਕੋ ਨਾ ਟੋਏ ਹੁੰਦੇ ਗੱਡੀ ਦੇ ਲੈਣਾਂ ਦੇ, ਉੱਥੇ ਨਿਹੰਗਾਂ ਦੇ ਬਾਣਿਆਂ 'ਚ ਵੀ ਵੱਡੇ ਬੰਦੇ ਪਏ, ਟੋਏ ਭਰੇ, ਜਿਹੜੀਆਂ ਗੱਡੀਆਂ ਚੁੱਕੇ ਹਨ ਉਹ ਵੀ ਮੱਖੀਆਂ ਨਾਲ ਕਾਲੀਆਂ ਹੋ ਗਈਆਂ, ਅਤੇ ਕੋਈ ਹਾਲ ਨਾ। ਉੱਥੋਂ ਗਏ ਗਾਹ, ਅਤੇ ਜਿਕਰ ਡੇਰੇ, ਅੱਜ ਕੋਈ ਖੇਤ ਆ ਨਾ ਲਾਗੇ, ਇੱਥੋਂ ਦੁਹਾਣਿਆਂ ਵਾਂਗੂ ਸਿਰ ਪਏ ਮੁਸਲਮਾਨਾਂ ਦੇ, ਬਹੁਤ ਕਤਲ ਹੋਈ, ਨਹੀਂ ਡੇਰੇ ਅਸੀਂ ਅਜੇ ਇੱਧਰ ਸੀ, ਜਦੋਂ ਵੇਖਿਆ ਨਾ ਸਿਰ ਵੱਢੇ ਪਏ ਅਤੇ ਲਾਸ਼ਾਂ ਖੇਤਾਂ ਦੇ ਖੇਤ ਜੇ ਨਹੀਂ ਤੋੜੇ, ਇਸ ਤਰ੍ਹਾਂ ਦੀ ਕਤਲਗਾਰ ਹੋਈ, ਅਤੇ ਅਸੀਂ ਫਿਰ ਗਾਂ ਆ ਗਏ, ਮੁੜ ਕੇ ਅੰਮ੍ਰਿਤਸਰ ਆਏ, ਪਾਉਂਦੇ ਪਾਉਂਦੇ ਬਟਾਲੇ ਆ ਗਏ, ਬਟਾਲੇ ਵੇਖਿਆ ਜੀ ਲੋਕ ਐਡੇ ਮਰੇ ਪਏ ਖੇਤਾਂ 'ਚ, ਮਰੂਦਾਂ ਦੇ ਬਾਸਾਂ ਐਡੇ ਐਡੇ ਫੁੱਲ ਫੁੱਲ ਕੇ ਦਿਆ ਹੋ ਗਿਆ, ਮੁਸਲਮਾਨ ਹੋਣੇ, ਹਾਂ ਮੁਸਲਮਾਨ। ਕੋਈ ਇਨਸਾਨੀਅਤ ਨਹੀਂ ਰਹਿ ਗਈ ਜੀ, ਫਿਰ ਕੀਤਾ ਜੀ ਮੈਂ, ਵੇਖੋ ਜਿਹਨੂੰ ਰੱਬ ਚਾਹੁੰਦਾ, ਮੈਂ ਤੇ ਮੁਲਖਾ ਆਪਣਾ ਭਰਾ ਸੀ, ਅਸੀਂ ਬਟਾਲਿਓ ਆਏ ਘੋੜੀ, ਉਹਦੇ ਥੱਲੇ ਘੋੜੀ ਲੈ ਕੇ ਆਏ ਚੌਧਰੀ ਇਸਰ ਉੱਤੋਂ, ਅਸੀਂ ਘੋੜੀ 'ਤੇ ਬੈਠੇ, ਮੈਂ ਪਿੱਛੇ ਹੋ ਗਏ ਆਏ ਬਟਾਲਾ ਗ੍ਰੰਥੀਆਂ, ਉੱਥੇ ਨਹਿਰ ਆਉਣ ਚੱਲਦੀ ਸੀ, ਉੱਥੇ ਖੜ੍ਹੇ ਹੋਏ ਨਾ, ਅੱਗੋਂ ਫੌਜ ਮਿਲ ਜਿਹੜੀ ਨਾ ਬਲੋਚੀ ਮਿਲਟਰੀ, ਉਹ ਮੁਸਲਮਾਨਾਂ ਨੂੰ ਕੱਢ ਕੇ ਇੱਧਰ ਆਉਂਦੀ ਸੀ ਪਈ, ਉਹਨਾਂ ਸਾਡੇ ਵੱਲ ਸਿੱਧੀਆਂ ਰਾਈਫਲਾਂ ਕਰਤੀਆਂ, ਖੋਰੇ ਉਹਨਾਂ ਸਾਨੂੰ ਮੁੰਡੇ ਕਰਕੇ ਛੱਡਤਾ, ਕੀ ਹੋਇਆ ਕੀ ਨਹੀਂ, ਫਿਰ ਅਸੀਂ ਕਾਦੀ ਆ ਗਏ, ਇਸ ਤਰ੍ਹਾਂ ਸਾਡੇ ਹਾਲਾਤ ਵੇਖੇ ਬਹੁਤ, ਅਸੀਂ ਤਾਂ ਅੱਖੀ ਵੇਖਿਆ ਜੀ ਲਾਸ਼ਾਂ ਦੇ ਢੇਰ ਲੱਗੇ। ਫਿਰ ਇੱਕ ਹੋਰ ਗੱਲ, ਮੈਂ ਅੰਮ੍ਰਿਤਸਰ ਸੀ, ਇਹ ਗੱਡੀ ਆਈ ਜੀ ਭਰੀ, ਇਹ ਗੱਡੀ ਭਰੀ ਆਈ, ਸਰੇਆਮ ਕਤਲ ਕੀਤੀ ਗਈ ਸਾਰੀ ਗੱਡੀ, ਕੋਈ ਬੰਦਾ ਨਹੀਂ ਜਾਣਦਾ
ਜਿਹੜੇ ਹਨ ਮਤਲਬ ਕਿੱਧਰੋਂ ਆਈ ਸੀ ਗੱਡੀ ਇਹ ਇਧਰੋਂ ਦਿੱਲੀ ਵੱਲ ਮੁਸਲਮਾਨਾਂ ਦੀ ਕਿੱਥੇ ਦੀ ਗੱਲ ਹੈ ਅੰਮ੍ਰਿਤਸਰ ਦੀ ਸ਼ਹਿਰ ਵਿੱਚ ਸਟੇਸ਼ਨ ਉੱਥੇ ਸੀਗੇ ਹਾਂ ਮੈਂ ਉੱਥੇ ਅੱਖੀ ਵੇਖੇ ਇਹ ਗੱਲ ਸੁਣਾਓ ਸਾਰੀ ਉਹ ਗੱਡੀ ਆਈ ਨਾ ਜੀ ਉੱਥੇ ਅਤੇ ਉਹਦੀ ਅੱਗੇ ਨਾ ਸਕੀਮ ਬਣਾਈ ਸੀਗੀ ਕਤਲ ਕਰਤੇ ਸਾਰੀ ਗੱਡੀ ਸ਼ਰੇਆਮ ਵਿੱਚੋਂ ਕਈ ਕੁੜੀਆਂ ਕੱਢ ਕੇ ਕਿਲੇ ਵੱਲ ਮੈਂ ਜਾਂਦੀਆਂ ਵੇਖੀਆਂ ਫਿਰ ਉਹ ਇੱਕ ਮੇਜਰ ਸੀਗਾ ਉਹ ਕਿਤੇ ਖੜ੍ਹਾ ਹੋਏਗਾ ਉਹਨੂੰ ਗੋਲੀ ਮਾਰੀ ਉਹ ਸੜਕ ਦੇ ਉੱਤੇ ਗੱਡੀ ਦੇ ਲੈਨ 'ਤੇ ਲੰਮਾ ਪਿਆ ਉੱਤੇ ਸਵੇਂ ਵਰਤੀ ਮਰਿਆ ਮੁਸਲਮਾਨ ਹਾਂ ਫਿਰ ਜਿਹੜੀ ਗੱਡੀ ਸੀ ਵੱਡੀ ਚੇਤੀਪੁਰਾ ਸਟੇਸ਼ਨ ਹੈ ਡੇਰੇ ਬਾਬੇ ਨਾਨਕ ਨੂੰ ਉੱਥੇ ਜਾ ਕੇ ਸਾਰੇ ਸੁੱਟੇ ਹਨ ਪੂਰੀ ਗੱਡੀ ਇੱਕ ਬੰਦਾ ਨਹੀਂ ਕਿਤੇ ਜਾ ਹੁੰਦਾ ਇਹ ਤਾਂ ਹਾਲ ਹੋਇਆ ਤੁਸੀਂ ਕਿੱਥੇ ਖੜ੍ਹ ਕੇ ਦੇਖ ਰਹੇ ਸੀ ਉੱਥੇ ਹੀ ਕੋਲ ਮੈਂ ਉਦੋਂ ਉੱਥੇ ਸੀ ਅੰਮ੍ਰਿਤਸਰ ਇਹ ਤਾਂ ਹਾਲ ਹੈ ਕੁਛ ਨਹੀਂ ਹਾਲ ਸਾਰੀ ਗੱਡੀ ਵਰਤੀ ਜਿਹੜੀਆਂ ਕੋਈ ਜਨਾਨੀਆਂ ਕੋਈ ਲੈ ਗਿਆ ਫੜ ਕੇ ਲੜਕੀਆਂ ਅੱਖੀ ਦੇਖਿਆ ਹਾਲ ਹੈ ਕੋਈ ਗੱਡੀਆਂ ਲੋਕਾਂ ਕੱਢ ਕੇ ਸਮਾਨ 'ਤੇ ਦੌੜੀ ਜਾਂਦੀ ਤੁਸੀਂ ਫਿਰ ਕਿੰਨੇ ਕੁ ਪਿੰਡਾਂ ਦੇ ਵਿੱਚ ਵਸਣ ਤੋਂ ਬਾਅਦ ਇਸ ਪਿੰਡ ਆਏ ਹਾਂ ਜਿਹੜਾ ਇਹ ਪਿੰਡ ਜੀ ਸਾਨੂੰ ਛੇਤੀ ਫਿਰ ਆ ਗਏ ਪਹਿਲਾਂ ਹੀ ਰਹੇ ਹਾਂ ਮੁੱਲਾਂਵਾਲ ਮੁੱਲਾਂਵਾਲ ਦਰਿਆਪਾਰ ਫਿਰ ਉੱਥੋਂ ਆ ਕੇ ਹੌਲੀ ਹੌਲੀ ਆਖਣਾ ਇੱਥੇ ਜ਼ਮੀਨ ਨੂੰ ਲਾਟ ਹੋਈ ਹੈ ਫਿਰ ਇੱਧਰ ਆ ਗਿਆ ਨਵਾਂ ਹੀ ਤੁਸੀਂ ਬਣਦੇ ਜੀ ਉਦੋਂ ਬਿਲਕੁਲ ਨਾਲ ਹੀ ਦਰਿਆ ਵਗਦਾ ਜੀ ਲਾਗੇ ਹੀ ਹੈ ਸਾਡੀ ਜ਼ਮੀਨ ਹੈ ਦਰਿਆ ਦੇ ਕੋਲ ਦਰਿਆ ਦੇ ਲਾਗੇ ਸਾਡੀ ਪੈਲੀ ਤੋੜ ਜੇ ਹਾਲਾਤ ਬੜੇ ਮਾੜੇ ਕੁਛ ਨਹੀਂ ਇਹਦੇ ਜਿਹੜਾ ਪਿੰਡ ਆ ਹਾਂਜੀ ਜਦੋਂ ਅਸੀਂ ਇਸ ਪਿੰਡ 'ਚ ਆਏ ਹਾਂ ਅਸੀਂ ਪੁਰਾਣੀਆਂ ਇਮਾਰਤਾਂ ਦੇਖੀਆਂ ਨਹੀਂ ਇਮਾਰਤਾਂ ਤਾਂ ਕੋਈ ਆਏ ਨਹੀਂ ਕੱਚੇ ਮਕਾਨ ਸਨ ਦੋ ਚਾਰ ਹਾਂ ਇੱਕ ਮਕਾਨ ਸਾਨੂੰ ਮਿਲਿਆ ਅੱਧੇ ਲਬਾਣੇ ਉਹ ਤਾਂ ਸਾਡੇ ਨਾਲ ਹੀ ਵਰਤਦੇ ਰਹੇ ਵਿਚਾਰੇ ਜਿਹੜੇ ਹੁਣ 20 ਜੀ ਹੋਏ ਆ ਇੱਕੋ ਘਰ 'ਚ ਅਸੀਂ ਰਹੇ ਹਾਂ ਉੱਥੇ ਸਾਲ ਮਗਰ ਫਿਰ ਇਹਨਾਂ ਨੂੰ ਆਹ ਜਗ੍ਹਾ ਮਿਲ ਗਈ ਕਦੀ ਪਤਾ ਲੱਗਾ ਵੀ ਇਹ ਪਿੰਡ ਕਿਹਨਾਂ ਦਾ ਸੀਗਾ ਕਿਹੜੇ ਲੋਕ ਵੱਸਦੇ ਸੀ ਮੁਸਲਮਾਨ ਜੀ ਸਾਰੇ ਟੋਟਲੀ ਮਤਲਬ ਮੁਸਲਮਾਨ ਦੋ ਲਬਾਣਿਆਂ ਦੇ ਘਰ ਸਨ ਦੋ ਲਬਾਣੇ ਜੱਦੀ ਹਾਂਜੀ ਉਹ ਨੱਟ ਗਏ ਉਹ ਫਿਰ ਆਏ ਹੁਣ ਬਾਅਦ 'ਚ ਉਹਨਾਂ 'ਚ ਕੋਈ ਬਜ਼ੁਰਗ ਹੈ ਹੈਗੇ ਬਜ਼ੁਰਗ ਹੈਗਾ ਜਿਹੜਾ ਇਸ ਪਿੰਡ ਦੀ ਪੁਰਾਣੀ ਕਹਾਣੀ ਦੱਸ ਸਕੇ ਵੀ ਕੌਣ ਸੀਗੇ ਇੱਕ ਤੁਹਾਨੂੰ ਦੱਸੇਗਾ ਜੀ ਉਸ ਭਾਈ ਲੱਤ ਵੱਡੀ ਹੈ ਉਹਦੇ ਨਾਲ ਹੈ ਹਾਂ ਨਹੀਂ ਰਿਸ਼ੀਆਂ ਦਾ ਕੋਈ ਵੀ ਨਹੀਂ ਜਾਂ ਫਿਰ ਜੋਗਿੰਦਰ ਉਹ ਹੀ ਉਹਦਾ ਭਰਾ ਹੀ ਉਹ ਦੋਨੋਂ ਦੋਵੇਂ ਘਰ ਆ ਹੋਰ ਕੋਈ ਗੱਲ ਨਹੀਂ ਦੋ ਘਰ ਲਬਾਣੇ ਦੇ ਲਬਾਣੇ ਮੁਸਲਮਾਨ ਵਾਸਤੇ ਹੁਣ ਅਸੀਂ ਨਹੀਂ ਵੇਖੀ ਕੋਈ ਇੱਕ ਆਨਰੀ ਮਜਿਸਟਰ ਹੁੰਦਾ ਸੀ ਪੱਸੀ ਆਹ ਜਿਹੜੀ ਆਹੋ ਨਾ ਜੀ ਕੰਡੀ ਨਹੀਂ ਆਹ ਬੇਟ ਹੈ ਮੁਸਲਮਾਨ ਚਲੇ ਗਏ ਸਾਰੇ ਜਾਂਦੇ ਮਾਲਕ ਜੀ ਆਨਰੀ ਮੈਜਿਸਟਰੇਟ ਹੁੰਦੇ ਆ ਸਜਾਵਾਂ ਦੇਣ ਤੇ ਕੀ ਦੱਸਦੇ ਜੀ ਉਹਦੇ ਬਾਰੇ ਬਹੁਤ ਚੰਗਾ ਬੰਦਾ ਸੀ ਅੱਛਾ ਇਹ ਨੂਰ ਮੁਹੰਮਦ ਪੱਸੀ ਦਾ ਹਾਂ ਕੋਠਿਆਂ ਦੀ ਲੈਣ ਸੀ ਉਹ ਪਿੰਡ ਤੱਕ ਤੋੜ ਹੈ ਜੀ ਵੀ ਕੋਠੇ ਉਹਦੇ ਪੁਰਾਣੇ ਹੈਗੇ ਜੀ ਹੈਗੇ ਸਾਡੇ ਬੰਦੇ ਵਿੱਚ ਰਹਿੰਦੇ ਉੱਥੇ ਅਤੇ ਜਿਹੜੇ ਮੁਸਲਮਾਨ ਬਾਜਵੇ ਸੀ ਉਹਨਾਂ ਬਾਰੇ ਦੱਸੋ ਕੁਛ ਉਹ ਪਿਛਲੇ ਦਾ ਹਨ ਸਾਡੇ ਪਿੱਛੇ ਉਹ ਪਿਛਲੇ ਦਾ ਵੱਸਦੇ ਹਨ ਇਹ ਅਗਲੇ ਪਾਸੇ ਦੋ ਘਰ ਵੱਸਦੇ ਹਨ ਸਾਰੇ ਦੂਜਾ ਵੱਖਰਾ ਪਿੰਡ ਇੱਕ ਬਣ ਗਿਆ ਫਤਿਹਪੁਰੀ ਅਤੇ ਤੁਹਾਡਾ ਕੋਈ ਸੱਜਣ ਮਿੱਤਰ ਸੀ ਉਹਨਾਂ ਬਾਜਵਿਆਂ 'ਚੋਂ ਸਾਰੇ ਮਿੱਤਰ ਹੀ ਸਾਡੇ ਨਾਲ ਸਾਰੇ ਮਿੱਤਰ ਹੀ ਹਨ ਅਤੇ ਫਿਰ ਵੀ ਕੋਈ ਖਾਸ ਛੋਟੇ ਹਨ ਜਿਹੜੇ ਪਿਛਲੇ ਬੰਦੇ ਵੱਡੇ ਸਨ ਉਹਨਾਂ ਦੇ ਮਿੱਤਰ ਹੀ ਸਨ ਇਹ ਉਦੋਂ 6-7 ਸਾਲ ਦੇ ਹੋਣੇ ਆ ਨਹੀਂ 10-12 ਸਾਲ 10-12 10-12 ਸਾਲ ਆਪਣੇ ਸਕੂਲੇ ਗਏ ਨਹੀਂ ਮੈਂ ਨਹੀਂ ਗਿਆ ਅੱਛਾ ਅੱਛਾ ਸਕੂਲੇ ਸਾਡੇ 'ਚੋਂ ਇਹ ਹੀ ਗਿਆ ਹੋਰ ਪਿੰਡ 'ਚੋਂ ਨਹੀਂ ਗਿਆ ਪੜ੍ਹਦਾ ਕੋਈ ਨਹੀਂ ਮੈਂ ਦੱਸਦਾ ਚਲੋ ਬਾਬਾ ਜੀ ਐਂ ਦੱਸੋ ਜੋ ਤੁਸੀਂ ਇੱਧਰ ਆ ਗਏ ਹਾਂ ਤੁਹਾਡਾ ਵਿਆਹ ਫਿਰ ਸਿਆਲਕੋਟੀਆਂ 'ਚ ਹੀ ਹੋਇਆ ਨਹੀਂ ਹੋਰ ਜਾਤ ਸੀ ਹੈ ਸਿਆਲਕੋਟ ਵੀ ਆ ਹਾਂ ਅਮਨੀ ਕਿਹੜੇ ਸੀਗੇ ਉਹ ਆ ਬਟਾਲੇ ਦੇ ਕੋਲ ਬੈਠੇ ਨੇ ਸਾਗਰਪੁਰੀਏ ਨੇ ਮਗਰ ਆਉਂਦੇ ਆ ਅੱਛਾ ਸਾਗਰਪੁਰੀਏ ਹਾਂ ਤੁਹਾਡੀ ਗਾਂ ਜਿਹੜੀ ਅਗਲੇ ਤੁਹਾਡੇ ਜਿਹੜੇ ਬੱਚੇ ਆ ਹਾਂ ਉਹ ਵੀ ਫਿਰ ਸਿਆਲਕੋਟੀਆਂ 'ਚ ਵਿਆਹ ਹੁੰਦੇ ਆ ਨਾ ਜਿੱਥੇ ਲੱਭ ਜਾਏ ਆਪਣੀ ਜਾਤ ਕੋ ਹੋਰ ਕਿਸੇ ਜਾਤ ਵੱਲ ਹੋਣੇ ਜਿੱਥੇ ਰਿਸ਼ਤੇਦਾਰ ਹੋ ਜਾਏ ਉਹ ਤਾਂ ਇੱਦਾਂ ਹੋਣੇ ਆ ਨਾ ਬਾਜਵਿਆਂ ਤੋਂ ਬਗੈਰ ਆਹੋ ਪਰ ਹੁੰਦੇ ਪਿੱਛੇ ਉੱਧਰੋਂ ਆਏ ਹੋ ਉੱਧਰ ਹੀ ਆਏ ਇੱਧਰਲੇ ਜਿਹੜੇ ਇੱਧਰਲੇ ਜੱਟ ਆ ਲੋਕਲ ਹਾਂ
ਉਹਨਾਂ ਦੇ ਰਿਸ਼ਤੇ ਨਹੀਂ ਹੋਏ ਕੋਈ? ਨਹੀਂ ਨਹੀਂ, ਘੱਟ ਹੀ ਰਿਸ਼ਤੇ, ਘੱਟ ਹੀ ਇੱਕ ਐਰ ਕੀ ਗੁੱਡੀ ਇੱਕ ਹਾਂ ਵਿਆਹੀ ਹੈ, ਨਹੀਂ ਤਾਂ ਘੱਟ ਹੀ ਨੇ, ਘੱਟ ਹੀ ਨੇ। ਅੱਛਾ, ਬਿਰਲਾ ਬਿਰਲਾ ਕਿਸੇ ਵਿਆਹਿਆ ਜਾਂ ਗੋਂਗਲ ਦੇ ਮੁੰਡਾ ਵਿਆਹਿਆ ਐਰ ਕੀ? ਚੱਕਰ ਕੀ ਆ? ਇਹ ਇੰਨੇ ਸਾਲ ਹੋ ਗਏ, 70 ਸਾਲ ਹੋ ਗਏ ਬਾਬਾ ਜੀ। ਹਾਂਜੀ, ਇਹ ਲੋਕਲ ਜੱਟਾਂ ਨਾਲ ਤੁਹਾਡੀਆਂ ਰਿਸ਼ਤੇਦਾਰੀਆਂ ਕਿਉਂ ਨਹੀਂ ਸ਼ੁਰੂ ਹੋਈਆਂ? ਇਹ ਕਮਜ਼ੋਰੇ ਬੜੇ ਸਨ ਸਾਡੇ ਨਾਲ, ਇਹ ਗੱਲ ਇਹਨਾਂ ਦੀ ਰਲ ਨਹੀਂ ਸਕਦੀ। ਇਹੀ ਭਾਵੇਂ ਗਰੀਬ ਸਾਂ, ਇਹੀ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀ ਨਾ, ਭਾਵੇਂ ਸਾਨੂੰ ਕਿਤੇ ਪੈਸੇ ਫੜਨੇ ਪੈਣ, ਜ਼ੋਰ ਲਾ ਦਿੰਦੇ ਸਾਂ। ਇਹ ਲੋਕ ਨੇ ਹਾਲ ਲਾਉਂਦੇ, ਇੱਥੋਂ ਕਰ ਰਹੇ, ਕਰਜ਼ੇ ਨਹੀਂ ਡਰਦੇ, ਲੋਕ ਲੈ ਲੈਂਦੇ ਆ, ਤੁਹਾਡੇ ਲੈ ਲੈਂਦੇ ਆ, ਸਿਆਲਕੋਟੀਏ ਕਰਜ਼ਾ ਲੈ ਲੈਣਗੇ, ਲੈ ਲੈਣਗੇ ਕਿ ਸਾਰੇ ਸਾਰੇ ਜਿੰਨੇ ਘੁੰਮਣ ਕੰਮਣ ਨੇ। ਜ਼ਿੰਦਗੀ ਸਿਫਰ ਤੋਂ ਸ਼ੁਰੂ ਕਰਦਾ ਨਾ, ਉਹ ਫਿਰ ਰਿਸਕ ਲੈ ਲੈਂਦਾ ਆ। ਤੁਸੀਂ ਦੁੱਖ ਵੀ ਬਹੁਤ ਦੇਖੇ ਆ, ਬਹੁਤ ਦੁੱਖ ਤੇ ਵੇਖਿਆ, ਬੜਾ ਭੁੱਖੇ ਤੇ ਆਏ ਆਏ ਇਧਰ ਕੇ ਰਾਹ ਚ, ਅਸੀਂ ਸਤੀੜੀਆਂ ਢੋਈਆਂ, ਠੇਕੇਦਾਰ ਲੈ ਗਿਆ ਨਾਲ ਦਰਿਆ ਵਿੱਚ, ਮੁੱਲਾ ਵਾਲ ਬੈਠੇ ਉਹ ਨਾਲ ਸਾਨੂੰ ਚੁੱਕ ਲਏ, ਤੇ ਸਤੀੜੀਆਂ ਰੋੜ ਕੇ ਆਉਂਦੀਆਂ ਨੇ ਦਰਿਆ 'ਚ, ਉਹ ਅਸੀਂ ਇਕੱਠੀਆਂ ਕਰਕੇ ਕਰਨੀਆਂ ਤੇ 5 ਰੁਪਏ ਦੇਣੇ। ਫਿਰ ਇੱਥੇ ਆ ਤੁਸੀਂ, ਤੇ ਅਸੀਂ ਪੱਥਰ ਸੁੱਟੇ 2 ਦਿਨ 5 ਰੁਪਏ ਦਿਹਾੜੀ ਤੇ। ਕਦੀ ਸੋਚਿਆ ਸੀਗਾ ਵੀ ਇਹ ਕੰਮ ਵੀ ਕਰਨੇ ਪੈਣਗੇ? ਨਾ ਜੀ, ਕੋਈ ਸੋਚਦਾ ਨਹੀਂ, ਇਹ ਕੋਈ ਪਤਾ ਨਹੀਂ ਇਸ ਗੱਲ ਦਾ। ਰੁਪਈਆ ਦਿਹਾੜੀ ਵੀ ਲਈ ਹੈ ਜਦੋਂ ਇੱਥੇ ਆਏ ਆ, ਇਹ 12 ਵਜੇ ਤੱਕ ਰੁਪਈਆ ਲੈਣਾ, ਇੱਕ ਦਿਹਾੜੀ ਕਰਨੀ। ਇੱਕ ਗੱਲ ਦੱਸਿਓ, ਤੁਸੀਂ ਜ਼ਮੀਨਾਂ ਵਾਹੁੰਦੇ ਸੀ ਉੱਥੇ, ਅੰਦਰਲਾ ਜਿਹੜਾ ਜੱਟ ਸੀਗਾ ਬਾਜਵਾ, ਉਹ ਰੋਂਦਾ ਤਾਂ ਬੜਾ ਹੋਣਾ ਜਦੋਂ ਦਿਹਾੜੀ ਦੱਪਾ ਕਰਦਾ ਹੋਣਾ? ਇਹ ਤਾਂ ਗੱਲ ਹੈ, 4 ਹੁੰਦੇ ਆ ਜੀ, ਇਹ ਤੇ ਆ ਜਦੋਂ ਭੁੱਖੇ ਮਰਦੇ ਆ ਫਿਰ ਕਰਨਾ ਤਾਂ ਪੈਂਦਾ ਹੀ ਸੀ। ਤੁਹਾਡੇ ਸਾਰੇ ਪਰਿਵਾਰ ਦੇ ਸਹੀ ਸਲਾਮਤ ਆ ਗਏ? ਸਾਡੇ ਆ ਹੀ ਗਏ ਸਾਰੇ, ਕੋਈ ਰਿਸ਼ਤੇਦਾਰ ਰਹਿ ਗਿਆ ਹੋਵੇ? ਕਿਉਂਕਿ ਮੈਨੂੰ ਇੰਨਾ ਪਤਾ ਵੀ ਪਸੂਰ ਦੇ ਵਿੱਚ ਬਾਜਵਿਆਂ 'ਚੋਂ ਕੁਝ ਪਰਿਵਾਰ ਉੱਥੇ ਰਹਿ ਗਏ। ਨਹੀਂ, ਸਾਡੇ 'ਚ ਨਹੀਂ ਜੀ ਕੋਈ ਰਿਹਾ, ਤੇ ਨਾ ਪਤਾ ਹੈ ਕੋਈ ਇਸ ਗੱਲ ਦਾ। ਸਾਡੇ ਤੇ ਜਿੰਨਾ ਕੰਮ ਸੀ ਆ ਗਏ, ਠੀਕ ਆ, ਸਾਰੇ ਆ ਗਏ, ਹਾਂ, ਸਹੀ ਸਲਾਮਤ, ਸਹੀ ਸਲਾਮਤ। ਤੇ ਹੁਣ ਭੁੱਖੇ ਉਦਾਂ ਰਹੇ ਆ, ਉਹ ਤਾਂ ਰਹਿਣਾ। ਦੇਖੋ ਜੀ, ਇਹ ਤਾਂ ਬਿਨਾਂ ਸ਼ੱਕ ਜੀ। ਹਾਂ, ਇਹ ਹੁਣ ਦੱਸੋ ਜੀ, ਤੁਹਾਨੂੰ ਦੋਨਾਂ ਨੂੰ ਇਕੱਠਾ ਹੀ ਸਵਾਲ ਆ, ਕਿੰਨਾ ਕੁ ਪਿੰਡ ਯਾਦ ਆਉਂਦਾ ਪੁਰਾਣਾ ਫਤਿਹਪੁਰ? ਯਾਰ ਸਵੇਰੇ ਸਾਡੇ ਕੋਲ ਬੜੀ ਯਾਦ ਆਉਂਦੀ, ਉਹ ਬੜੀ ਯਾਦ ਆਉਂਦੀ ਵੀ ਇਕੱਠੇ ਰਾਤ ਨੂੰ ਬਹਿਣਾ, ਸਾਰਾ ਦਿਨ ਜਨਾਨੀਆਂ ਨੇ ਅਸਰਾਂ ਇਕੱਠੇ ਚਰਖੇ ਕੱਤਣੇ, ਬੜੀ ਮੌਜ ਸੀ। ਫਿਰ ਜਦੋਂ ਹਵੇਲੀਆਂ 'ਚ ਆ ਕੇ ਇਕੱਠੇ ਧੂੰਆਂ ਲਾਉਂਦੇ, ਇਕੱਠੇ ਧੂੰਏ ਲਾਉਣੇ, ਅਤੇ ਇਕੱਠੇ ਬਹਿਣਾ ਖਲੋਣਾ ਸਾਰਿਆਂ ਨੇ। ਜੋ ਢਿੰਗੜੀ ਕਮਾਦਾਂ ਲਾਈ ਹੁੰਦੀ ਉਹ ਵੀ ਇਕੱਠੀ ਕਰਕੇ ਲਾ, ਵੱਡੇ ਵੱਡੇ ਲਿਆ ਕੇ ਇਕੱਠੇ ਕਰ ਲੈਣੇ, ਅਤੇ ਬੜੀ ਮੌਜ ਸੀ, ਬਹਿਣਾ ਜ਼ਰੂਰ ਰਾਤ ਨੂੰ ਇਕੱਠਿਆਂ ਸਾਰਿਆਂ, ਅਤੇ ਉਹ ਵਕਤ ਹੁਣ ਯਾਦ ਆਉਂਦਾ। ਠੀਕ ਸਹਿ, ਬੰਦੇ ਆਪੇ 'ਚ ਰਲੇ ਮਿਲੇ ਹਨ, ਮੁਸਲਮਾਨ ਕੀ ਦੂਜੇ ਕੀ, ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ, ਚਲੋ ਮਾੜਾ ਮੋਟਾ ਹੁੰਦਾ ਸੀ। ਹਾਂ, ਇੱਕ ਵਾਰੀ ਗੱਲ ਆ, ਮੈਂ ਦਾਰੇ ਬੈਠਾ ਤੇ ਬਾਬੇ ਸਾਊਂਡ ਦਾ ਮੁੰਡਾ ਸੀ, ਹੁਣ ਕਿਹੜੀ ਗੱਲ ਕੀਤੀ, ਅਸੀਂ ਬਹੁਤ ਕਰਾਂਗੇ ਜੇ, ਮੈਂ ਜਾ ਕੇ ਦੱਸਤਾ ਵਾਢੀ 'ਚ, ਬੰਦੇ ਇਕੱਠੇ ਹੋ ਗਏ ਜੀ, ਤੁਹਾਨੂੰ ਹੁਣ ਯਾਦ ਹੋਵੇ ਕਿ ਨਹੀਂ, ਸਾਰੇ ਆ ਕੇ ਵਾਢੀ ਕਰਦੇ, ਕਹਿੰਦੇ ਅੱਜ ਲਾੜੀ ਲਓ ਇਹਨਾਂ ਨਾਲ, ਚਲੋ ਜੀ, ਇਹ ਬਾਪੂ ਸਾਡਾ ਵੀ ਬਾਬਾ ਚੰਡਾ ਸਿੰਘ, ਇੱਧਰ ਹੋ ਗਿਆ ਕਢਿਆਂਗ ਸੀ ਕੜਾਕਾ ਸਿੰਘ, ਕੜਾਕਾ ਸਿੰਘ ਆ, ਉਹ ਘੋੜੇ 'ਤੇ ਉਹ ਵੀ ਕੁਦਰਤੀ ਆਇਆ, ਮੁਸਲਮਾਨ ਬੋਲੇ ਵਾਲੀ ਆਉਣ ਲੰਘਣ ਪਿਆ ਸੀਗਾ, ਅਤੇ ਬਾਪੂ ਕਹਿੰਦਾ ਬੋਲਿਆ ਹੁਣ ਮੈਂ ਤਿਆਰ ਹੋ ਕੇ ਆ ਜਾਓ, ਕਹਿੰਦਾ ਹੁਣੇ ਆਈ ਸਿੰਘਾ, ਅਤੇ ਮਗਰੋਂ ਕੋਈ ਵੀ ਨਾ ਆਇਆ, ਲੰਘਦਾ ਵੇਖਿਆ ਅਤੇ ਉੱਡ ਕੇ ਨੱਸ ਗਏ ਸਾਰੇ, ਮੈਨੂੰ ਪਤਾ ਇਸ ਗੱਲ ਦਾ, ਸਾਰੇ ਨੱਠ ਗਏ ਸੀ, ਪਾਣੀ ਢੋਂਦੇ ਸੀ, ਆਹੋ ਇੱਦਾਂ ਹੀ, ਜਦੋਂ ਸਰਪੰਚਾ ਬਣਿਆ ਨਾ ਪਹਿਲਾਂ ਕੋਈ ਮਹੀਨਾ ਹੀ, ਸਾਡੇ ਜੋ ਬੰਦੇ ਸੀ ਲੈ ਕੇ ਤਿਆਰ ਹੋ ਗਏ, ਹੋਰ ਅਸੀਂ ਪਾਣੀ ਢੋਈਏ, ਹਾਂ, ਮੁਸਲਮਾਨ ਉੱਠ ਕੇ ਆਏ ਨਹੀਂ, ਨਾ ਨਾ ਨੱਸ ਗਏ ਸਾਹਿਬ, ਇਹਨੇ ਪਹਿਲਾਂ ਸਾਡੇ ਕੋਲ ਡੰਗਰ ਚਲਾਉਂਦੇ ਮੁੰਡਿਆਂ ਕੋਲ, ਹੋਰ ਇਕੱਠੇ ਰਹਿਣਾ ਬਹਿਣਾ, ਉਹ ਪਤਾ ਹੀ ਉਦੋਂ, ਜਦੋਂ ਬਾਬੇ ਸਾਉਣ ਦਾ ਇਹ ਪੂਰੀ 1.5 ਪੈਲੀ ਛੋਲੇ ਕਣਕ ਚਾਰੀ ਸੀ, ਪਤਾ ਉਹ ਵੀ ਮੈਨੂੰ, ਰਾਤ ਹੀ ਬੰਦੇ ਵੱਢ ਲਿਆ, ਉਹ ਜੀ ਖਰਾਬ ਬੜੇ ਕਰਦੇ ਹਨ, ਬੰਦਿਆਂ ਸਲਾਹ ਕੀਤੀ ਕਿ ਅੱਜ ਬਾਬੇ ਸਾਉਣ ਦੇ ਨਾ, ਚਲੋ ਸਾਰੇ ਗਏ 1.5 ਕਿੱਲਾ ਕਣਕ ਛੋਲੇ ਵੱਢ ਕੇ ਰਾਤ ਡੰਗਰਾਂ ਨੂੰ ਚਾਰ ਛੱਡੇ, ਵੱਡੇ ਠਾਣੇ ਵਾਲੇ ਆਏ ਸਾਡੇ ਕੰਸਪਲ ਸੰਭਾਲਦਾ ਸਰਦਾਰ, 50 ਰੁਪਈਏ ਦਿੱਤੇ ਉਹਨੂੰ, ਸਲਾਹ ਹੋ ਗਈ, ਅਤੇ ਉਹ ਖਰਾਬ ਬੜਾ ਕਰਦੇ ਹਨ, ਤਾਂ ਇਹ ਬੰਦਿਆਂ ਨੇ ਇਹ ਕੰਮ ਕੀਤਾ, ਇੱਦਾਂ ਹੀ ਗੱਲਾਂ ਹਨ। ਪਰ ਅੱਜ ਕੀ ਫੌਜ ਵੇਖੋ, ਕਿਸੇ ਫੌਜੀ ਦੀ ਪੈਨਸ਼ਨ ਜਾਂ ਇਹ ਫੌਜੀ ਦੇ ਪੈਸੇ ਜਾਂਦੇ ਨਾ ਜੀ ਪਿੰਡਾਂ 'ਚ, ਉਹ ਝੰਡੀ ਲੈ ਕੇ ਜਾਂਦਾ ਸੀ ਕਿ ਬਈ ਆਹ ਡਾਕੀਆ ਪੈਸੇ ਲੈ ਕੇ ਜਾ ਰਿਹਾ, ਕਿਸੇ ਜ਼ਰੂਰਤ ਨਹੀਂ ਸੀ ਪੈਂਦੀ, ਅਤੇ ਹੁਣ ਸ਼ਰੇਆਮ ਖੋਹ ਲੈਂਦੇ ਆ, ਖੋਹ ਲੈਂਦੇ ਧੱਕੇ ਨਾਲ, ਜਨਾਨੀ ਰਕਸ਼ੇ ਜਾਂਦੀ ਹੈ ਵਾਲੀਆਂ ਲੈ ਕੇ ਚਲੇ, ਲੈ ਗਏ ਲੋਕ ਪਿਛਲੇ ਚੰਗੇ ਹਨ ਜੀ, ਇਹਦੇ ਨਾਲ ਆਪਣੇ 'ਚ ਬਹੁਤ ਚੰਗੇ ਮੁਸਲਮਾਨ ਵੀ ਚੰਗੇ ਹਨ, ਆਪਣੇ ਵੀ ਚੰਗੇ ਝੱਟ ਗੁਜ਼ਾਰੇ ਲੰਘਦੇ ਹਨ, ਸਾਰਿਆਂ ਦੇ ਰਸ ਮਿਲ ਕੇ ਰਹਿੰਦੇ ਹਨ। ਇਹ
86 ਬੰਦੇ ਨੇ ਪਾੜ ਪਾਤੇ ਹਾਂ ਨਾ ਜੀ ਗੱਲਾਂ ਤੇ ਉਦੋਂ ਇਹ ਰਵਾਜ ਹੀ ਨਹੀਂ ਹਨ ਕੋਈ ਕੋਈ ਰਵਾਜ ਨਹੀਂ ਆਪਣਾ ਧੀਆਂ ਭੈਣਾਂ ਹੀ ਸਮਝੇ ਹਨ ਸਾਰੇ ਇੰਨੀ ਲੋਕ ਅੱਛੇ ਸਨ ਆਪੋ ਚ ਆਪੇ ਚ ਬਹੁਤ ਇਹ ਲੋਕ ਕੁੜੀਆਂ ਪਾਣੀ ਲਿਆਉਂਦੀਆਂ ਖੂਹਾਂ ਤੋਂ ਉਦੋਂ ਹੁਣ ਤੇ ਨਲਕੇ ਘਰਾਂ ਚ ਹਾਂ ਕਿੰਨੀ ਕਿੰਨੀ ਦੂਰ ਖੂਹਾਂ ਤੋਂ ਘੜੇ ਲੈ ਕੇ ਆਉਣੇ ਪਾਣੀ ਦੇ ਜੀ ਸਭ ਧੀਆਂ ਹੀ ਸਮਝੇ ਹਨ ਇੱਕ ਦੂਜੇ ਦੇ ਕਦੇ ਉਹ ਜਿਹਾ ਕੇਸ ਸੁਣਿਆ ਨਹੀਂ ਨਾ ਕਦੇ ਕੇਸ ਕੋ ਮਾੜਾ ਸੁਣਿਆ ਨਹੀਂ ਇੱਕ ਲੈ ਗਿਆ ਸੀ ਉੱਧਰ ਚਲੀ ਗਈ ਖੋਰੇ ਕਿਹੜੀ ਕੁੜੀ ਸੀ ਜਿਹੜੀ ਉਹ ਲਾਲਪੁਰ ਮੁਸਲਮਾਨ ਖੜੀ ਉਹ ਆਪੇ 'ਚ ਹੀ ਉਹਨਾਂ ਖੜੀ ਕੋਈ ਮੁਸਲਮਾਨ ਤਾਂ ਮੁਸਲਮਾਨ ਲੈ ਗਏ ਨਹੀਂ ਤਰਖਾਨ ਸੀ ਉਹ ਕਾਹ ਕਿਹੜੀ ਕਸ਼ਮੀਰੀ ਨਹੀਂ ਹੈਗੀ ਜਿਹਦੀ ਯਾਰ ਉਹਨੇ ਖੜੀ ਜਿਹੜੇ ਬਾਹਰ 'ਚ ਰਹਿੰਦੇ ਹਨ ਕੋਈ ਸਨ ਸਾਡੇ ਪਿਛਲੇ ਦਾ ਜਿਹੜੇ ਰਹਿੰਦੇ ਹਨ ਆਹੋ ਉਹ ਪੱਗਾਂ ਵੀ ਹੋਰੀ ਤਰ੍ਹਾਂ ਬੰਨਦੇ ਹਨ ਹੋਰ ਉਹਨਾਂ ਨੂੰ ਕੀ ਆਉਂਦੇ ਨਾਂ ਲੈਂਦੇ ਉਹਨਾਂ ਦਾ ਕਲੇਰ ਨਹੀਂ ਨਹੀਂ ਕਲੇਰ ਤਾਂ ਜਾਟੀ ਸਨ ਇਹ ਘਰ ਵੱਖਰਾ ਸੀ ਇੱਕ ਆਹੋ ਵੱਖਰਾ ਸੀ ਆਹੋ ਉਹਦੇ ਉਹਦੇ ਰਹਿੰਦੇ ਹਨ ਕੋਈ ਬਾਹਰ 'ਚ ਵੀ ਰਹਿੰਦੇ ਹਨ ਬਾਹਰ 'ਚ ਵੀ ਰਹਿੰਦੇ ਸਨ ਉਹ ਹੀ ਲੈ ਲੂ ਗਏ ਬਾਪੂ ਸਾਡਾ ਗਿਆ ਇੱਕ ਦੋ ਹੋਰ ਉੱਥੇ ਜਾ ਕੇ ਲਾਇਆ ਬਾਪੂ ਸਾਡਾ ਬੜਾ ਜਵਾਨ ਸੀ 6 ਫੁੱਟ 4 6.5 ਅਤੇ ਉਹ ਇੱਥੇ ਨਾ ਬੰਨਦੇ ਹਨ ਕੁੱਲੇ ਮੁਸਲਮਾਨ ਕੁੱਲੇ ਜੇ ਬੰਨਦੇ ਹਨ ਉਹ ਘਰ ਯਾਰਾ ਮਾਰਦੇ ਨਾ ਯਾਰੇ ਨੂੰ ਪਿਆਰਾ 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 ਮਾਰਦਾ ਯਾਰਾ ਮੇਰੇ ਕੋਲ ਸੁੱਤਾ ਰਾਤ ਅੱਛਾ ਮੈਂ ਜਾ ਭਰਾ ਬਾਪ ਮੈਂ ਚਲੇ ਜਾ ਬਾਪੂ ਗੁੱਸੇ ਹੋਊਗਾ ਕਿ ਪੜ੍ਹਨ ਵਾਲਾ ਤੂੰ ਇਹਨੂੰ ਕਿਉਂ ਸਵਾਲਿਆ ਮੈਨੂੰ ਪਿਆਰੇ ਕਹਾਣੀ ਦੱਸੀ ਸਾਰੀ ਜਦੋਂ ਬਰੀ ਹੋ ਕੇ ਆਇਆ ਮੈਂ ਗਾਦੀ ਤੇ ਬੈਠਾ ਜੱਜ ਨੇ ਕਿਹਾ ਕਹਿੰਦਾ ਪਿਆਰਾ ਸਿੰਘ ਕਤਲ ਤੂੰ ਕੀਤਾ ਲੇਕਿਨ ਗਵਾਹੀ ਨਹੀਂ ਮਿਲੀ ਇਹਨੂੰ ਮੈਂ ਅੱਜ ਬਰੀ ਕਰਨਾ ਉਹਦੇ ਪਾਸਦਾਰ ਬਣ ਗਿਆ ਕਹਿੰਦਾ ਮੈਂ ਵੱਢ ਕੇ ਨਾ ਚੰਗੀ ਤਰ੍ਹਾਂ ਅਤੇ ਛੱਪੜ ਸੀ ਉੱਥੇ ਜਾ ਕੇ ਉਹ ਮੰਜੀ ਮੁੰਜੀ ਧੋ ਕੇ ਰਾਤੇ ਯਾਰੇ ਨੇ ਚੁੱਕ ਕੇ ਅਤੇ ਕਮਾਲ ਗੱਡੀ ਲੈਣ 'ਚ ਰੱਖਣਾ ਉਹ ਗੱਡੀ ਨਾ ਆਈ ਫਿਰ ਕਮਾਲ ਦੇ ਵਿੱਚ ਪੈਲੀ ਉੱਥੇ ਸੁੱਟ ਦਿੱਤਾ ਫੜਿਆ ਗਿਆ ਬਾਅਦ 'ਚ ਕੁਟਕਟਾਪਾ ਹੋਇਆ ਅਤੇ ਮੰਨ ਗਿਆ ਬੜੀ ਘਰ ਛੋੜਾ ਮੁਸਲਮਾਨ ਜਾਤ ਸੀ ਗਵਾਹੀ ਦਿੱਤੀ ਨਾ ਕਿਸੇ ਨੇ ਗਵਾਹੀ ਕੋਈ ਨਹੀਂ ਪੈੜੀ ਬਣੇ ਤੂੰ ਹੁੰਦਾ ਸੀ ਅੱਗੇ ਨਹੀਂ ਅਜੇ ਵੀ ਅਨਪੜ੍ਹਤਾ ਹੈਗੀ ਪੜ੍ਹਤਾ ਹੈਗੇ ਹੈ ਕਿ ਜੇ ਹੈਗੇ ਆ ਉੱਦਾਂ ਅੱਗੇ ਨੂੰ ਫਰਕ ਹੈ ਹੁਣ ਲੁੱਟ ਖੋਹਾਂ ਬੜੀਆਂ ਨੇ ਇੱਥੇ ਜੀ ਆ ਇੱਕ ਆ ਗੱਲ ਵਾਲੀ ਆ ਸਰਪੰਚ ਸਾਹਿਬ ਆ ਆ ਜਿਹੜਿਆ ਆ ਤੁਹਾਡੇ ਪਿੱਛੇ ਬੈਠੇ ਨੇ ਹਾਂਜੀ ਇੱਕ ਨਾਲ ਪੱਸੀ ਉਹ ਵੀ ਇੰਨਾ ਹੀ ਹੈ ਚਲੋ ਬਾਬਾ ਜੀ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਸੋਹਣੀਆਂ ਗੱਲਾਂ ਹੋਈਆਂ ਚੰਗੇ ਆ ਗਏ ਤੁਸੀਂ